ये कर गया यार, ऐसा कोई हल नहीं होता। उतर जाइए चन्नी दादा खड़ी भाई। ओके मैं यहाँ ठीक है ठीक है, और ठीक है बढ़िया। तू सुना ठीक है भाई, काम भी कर देखे यार। जरूर ऐसा की कम है? भी कम है भाई, उन्हें जब कर देगा बड़ी मेहनत वाली गल है। 10 100 400 रुपये चाहिए भाई उन्हें दे यार। 400 रुपया तू की करना यार। वो यार देने है कहीं भाई, मैंने बड़ा कल पे बन रहा यार यार मेरे को तो है नहीं 1 रुपये यार, भाई, मैंने कहा तो कर दे पहली बार वापस कर देते यार। तो 400 रुपया मुंह देता मेरे को दे दे। मर्जी है तेरी हमारी यार। तो पहली बार सवाल पाया ना कल, तू चाचे का मुंडा फिर की हो गया यार। दे हाँ देंगे ना शाम को हाल हाँ पक्का कर दूँ हल मैं। धन्यवाद भाई तेरा। भैन दा साडे वाला पैसे लकोला मरवा। हाँ भाई हाँ मेरे की करके गया, की गल करता सी ओदे उहदे नाल? कुछ नहीं, तो पैसे पुछदा सी मैनूं, कहिंदा मैं खड़ गया सी कुछ नहीं। गल सुन, जे साडे वाले छोटे ना रलिया ना, ਇਹ ਦੁਆ ਦਿਨ ਉਹਨੂੰ ਬੁਲਾਈ ਬੁਲਾਈ ਉਹਦੇ ਨਾਲ ਵੀ ਕਰਦਾ ਗੱਲ ਜਾ ਕੇ ਮੈਂ। ਠੀਕ ਹੈ ਚੱਲ ਕੋਈ ਗੱਲ ਬੁਲਾਇਆ ਨਹੀਂ, ਨਾ ਮੈਂ ਤਾਂ ਕਰ, ਤੂੰ ਹੀ ਬੁਲਾ ਲੈ ਉਹਨੂੰ ਵੈਸੇ ਹੀ। ਬੁਲਾਇਆ ਨਾ ਕਰ, ਤੇਰਾ ਪਤਾ ਹੀ ਹੈ ਮੈਨੂੰ ਨਸ਼ੇੜੀ ਨਾ ਹੋਵੇ ਕਹਿ ਥਾਂ ਦਾ। ਚੱਲ ਕੋਈ ਨਹੀਂ ਹੈ, ਨਹੀਂ ਬੁਲਾਉਂਦੇ ਕੋਈ ਨਹੀਂ। ਓਹੋ ਆ ਗਿਆ ਮੇਰਾ ਲਾਡਲਾ। ਹਾਂ ਅੰਮੀ ਆ ਗਏ। ਹਾਂ ਥੱਕ ਗਿਆ ਜੀ, ਪੜਿਆ ਆਇਆ? ਹਾਂ ਮੈਂ ਪੜਿਆ, ਬਹੁਤ ਵਧੀਆ ਲੈਕਚਰ ਹੈ ਜੀ। ਅੱਛਾ ਤੂੰ ਚਾਹ ਚਾਹ ਭਾਬੀ ਬਣਾਉਣੀ ਕਿੱਥੇ ਆ? ਲੈ ਕੋਲੇ ਤੇਰੀ ਮਾਂ ਬੈਠੀ ਹੈ ਭਾਬੀ ਨਾਲ, ਤੈਨੂੰ ਕਿਤੇ ਪਿਆ ਦੇ ਕੌਫੀ। ਮਾਂ ਤੂੰ ਕਿਉਂ ਖੇਚਲ ਕਰਦੀ ਹੁੰਦੀ ਆ? ਕੋਈ ਨਹੀਂ ਫਿਰ ਮੈਂ ਲਿਆ ਕੇ ਦਿੰਦੀ ਹਾਂ ਤੈਨੂੰ ਆਪਦੇ ਹੱਥ ਦੀ ਚਾਹ ਬਣਾ ਕੇ। ਕੋਈ ਉਹ ਬਿਆ ਨਹੀਂ, ਮੈਂ ਤੂੰ ਛੋਲੂਆ ਬਣਾਉਂਗੀ, ਮੈਂ ਕਿਹਾ ਤਾਜ਼ੀ ਸਬਜ਼ੀ ਬਣਾ ਕੇ ਦੂੰ ਤੈਨੂੰ। ਆਦ ਮੇਰਾ ਫੇਵਰਟ ਹੈ, ਫੇਵਰਟ ਆ ਨਾ। ਹੋਰ ਤੇ ਉਹ ਦੂਜਾ ਆਪਣਾ ਕੌਣ? ਆਪਣੇ ਵਾਲਾ ਸਣੀ ਉਹ ਤੇ ਇੱਧਰ ਜਾਈ ਜਾਂਦਾ ਕੰਮ ਤੇ, ਕੰਮ ਤੇ ਜਾਈ ਜਾਂਦਾ ਸੀਗਾ। ਹਾਂ ਚੱਲ ਕੋਈ ਨਹੀਂ। ਹੋਰ ਪੜ੍ਹਾਈ ਠੀਕ ਚੱਲ ਰਿਹਾ ਹੈ? ਪੜ੍ਹਾਈ ਤਾਂ ਪੂਰੀ ਵਧੀਆ ਆ ਗਿਆ ਤਾਂ ਆਪਣਾ। ਚੱਲ ਸੁਣ, ਉਹਦੇ ਕੋਲੇ ਖੜਾ ਕੀ ਕਰਦਾ ਸੀਗਾ? ਨਾ ਤੂੰ ਆਏ ਗਿਆ ਮਾਰਦਾ ਭਾਈ ਮੇਰੇ ਪੁੱਤ ਨੂੰ। ਪੁੱਤ ਨੂੰ ਮਾਰਨ ਵਾਲੀ ਗੱਲ ਨਹੀਂ, ਉਹ ਨਸ਼ੇੜੀ ਨਹੀਂ ਜਿਹੜਾ ਕੱਕੀ। ਕੋਈ ਆਏ ਨਾ ਹੋਗਾ, ਛੋਟਾ ਦੇਖੋ ਫਿਰ ਵੀ ਛੋਟਾ ਗਾ, ਇੰਨੀ ਉਹ ਕਰਦੇ ਹੁੰਦੇ। ਬਹਿ ਜਾ। ਮਾਂ ਮੈਨੂੰ ਕਿਸੇ ਨਾਲ ਰਲ ਨਹੀਂ ਦਿੰਦਾ ਇਹ। ਇਦੋਂ ਬਾਅਦ ਤੈਨੂੰ ਉਹਦੇ ਨਾਲ ਦੇਖ ਲੈਣਾ, ਮਾਂ ਮਾਂ ਨਹੀਂ ਇੱਧਰ ਝਾਕ ਮੇਰੇ ਕੰਨੀ, ਖਫੜੇ ਪਹਿਣ ਕੇ ਤੇਰੇ ਇੱਥੇ ਲੱਤਾਂ ਤੋੜ ਕੇ ਲਿਆਉਂ ਮੈਂ। ਕਸੂਰ ਕੀ ਹੈ? ਸੂਰਕੀਆ ਕੀ ਕਰਦਾ ਉਹਦੇ ਨਾਲ ਰਲ ਕੇ? ਕੋਈ ਨਾ, ਦੋਸਤ ਮਿੱਤਰ ਖੜਦੇ ਹੁੰਦੇ ਹੈਗੇ ਆ ਕੀ ਹੁੰਦੇ ਆ। ਦੋਸਤ ਮਿੱਤਰ ਚੱਜ ਦੇ ਬੰਦੇ ਕੋਲੇ ਖੜ ਜੇ। ਕੀ ਗੱਲ ਕਰ ਰਿਹਾ ਉਹ ਮੁੰਡਾ ਕਹਿ ਰਿਹਾ? ਕੁਛ ਨਹੀਂ, ਮੈਂ ਨੰਗੀ ਜਾਂਦਾ, ਉਹ ਕਹਿੰਦਾ ਕਿਵੇਂ ਆ ਚੱਜ ਦੇ ਮੁੰਡਿਆ? ਮੈਂ ਠੀਕ ਆ। ਤੇ ਪੈਸੇ ਸੁਣਦਾ ਕਿੱਥੇ ਜਾਂਦਾ ਸੀਗਾ? ਉਹ ਪੈਸੇ ਕਿੱਥੇ ਬੜਾਇਆ ਉਹਨੂੰ ਮੈਂ? ਓਹੋ ਪੈਸੇ ਮੇਰੇ ਕੋਲ ਤਾਂ ਲਿਆ ਕਰ, ਆਉਂਦਾ ਹੀ ਆ ਬਾਹ ਨੂੰ ਕੋ ਚੜਦਾ ਹੈਗਾ। ਉਹਦੇ ਨਾਲ ਦੇਖ ਲਿਆ ਮੈਂ। ਜਾ ਵਗ ਜਾ ਅੰਦਰ, ਡਿੱਕੀ ਆਂਦੀ ਹੋਣੀ ਆ ਤੈਨੂੰ। ਹੋਰ ਇਹ ਤਾਂ ਜਿਉਂ ਪਿਆ ਹੈਗਾ ਬਸ ਇਹਦੇ ਤੇਵਰ ਜੇ ਵਿਗੜੇ ਲੱਗਦੇ ਆ ਮੈਨੂੰ। ਮੰਮੀ ਮੈਨੂੰ ਕਿਸੇ ਕੋਲ ਖੜ ਨਹੀਂ ਨਾ, ਦੋਸਤ ਨਾ, ਸਾਰੇ ਮੇਰੇ ਦੋਸਤ ਲੜਦੇ ਮੈਨੂੰ। ਇਹ ਜ਼ਿਆਦਾ ਹੀ ਹਵਾ ਕਰਦਾ ਤੇਰੇ ਤੇ। ਪੁੱਛ ਨਾ, ਮੈਂ ਜੀਣਾ ਹਰਾਮ ਕੀਤਾ ਵੇਣਾ। ਵਾਹ ਇਹ ਤੇਰੀ, ਕੋਈ ਨਾ ਮੈਂ ਕੋਈ ਨਸ਼ਾ ਪੱਤਾ ਕਰਦਾ ਵਾ ਫੇਰ ਤਾਂ ਵਾ ਉਹ ਦੱਸ, ਦੱਸੇ ਨਹੀਂ ਜਾਂਦਾ ਮੇਰੇ ਤੇ। ਕੀ ਹੋ ਗਿਆ ਦੱਸ ਦੇ, ਖੁੱਲ ਕੇ ਗੱਲ ਦੱਸ ਦੇ ਕੀ ਹੈ। ਕੀ ਦੱਸਾਂ, ਹਾਂ ਹੁਣ ਕੱਲ ਪਰਸੋਂ ਫੇਰ ਖੜਾ ਹੀ ਦੋਸਤਾਂ ਕੋਲੇ, ਉਹਨਾਂ ਨੂੰ ਲੜਦਾ ਕੁੱਟਦਾ ਉਹਨਾਂ ਨੂੰ ਦੂਜਿਆਂ ਨੂੰ। ਮੈਂ ਉਹੀ ਜਲਦੀ ਜਾਂਦਾ ਹੈ ਤਾਂ ਅੰਦਰੇ ਅੰਦਰ ਮੈਨੂੰ ਲਾਂਭੇ ਦਿੰਦੇ ਆ ਉਹ। ਉਹ ਕਬ ਮੈਨੂੰ ਤਾਂ ਲੱਗਦਾ ਕਿਤੇ ਉਹ ਜਿਹੜੀ ਆਪਣੀ ਆਈ ਹੈਗੀ ਤੇਰੀ ਭਰਜਾਈ, ਉਹ ਨਾ ਸਿਖਾਉਂਦੀ ਹੋਵੇ ਇਹਨੂੰ ਕੁਛ। ਕੀ ਪਤਾ ਵੀ ਮੈਨੂੰ ਤਾਂ ਇਹ ਜੀ ਲੱਗਦਾ ਗਾ, ਵਿੱਚੋਂ ਕਾਲਾ ਮਾਲਾ ਹੀ ਲੱਗਦਾ ਗਾ। ਇਹ ਜਰਦੀਆਂ ਨਹੀਂ ਹੁੰਦੀਆਂ ਭਰਾਵਾਂ ਨੂੰ ਇਕੱਠਿਆਂ ਨੂੰ, ਲੜਾ ਕੇ ਖੁਸ਼ ਹੁੰਦੀਆਂ ਨੇ ਇਹ। ਕੀ ਪਤਾ, ਚੱਲ ਪਾਣੀ ਲਿਆ ਦਾ ਤੈਨੂੰ ਘੁੱਟ। ਪਾਣੀ ਬਸ ਹੈ, ਸੌਣਾ ਮੰਮੀ ਮੈਂ। ਜਾ ਸੌਂ ਜਾ, ਪਤਾ ਨਹੀਂ ਕਿਹੋ ਜਿਹੇ ਕਿਉਂ ਇਹੋ ਜਿਹੇ ਮਨਾਂ ਚ ਭਰ ਦਿੰਦੇ ਆ ਭਰਾਵਾਂ ਭਰਾਵਾਂ ਦੇ ਜ਼ਹਿਰ। ਚੰਗਿਆ ਭਲਾ ਹੱਸਦਾ ਬਸਦਾ ਘਰ ਹੈਗਾ। ਚਲ ਕੋਈ ਨਾ, ਪੁੱਛਦੀ ਆ ਕੀ ਗੱਲਬਾਤ ਆ, ਫਿਰ ਦੱਸੋ ਉਹਦੇ ਪਿਓ ਨੂੰ। ਲੈ ਦੱਸ, ਜਦੋਂ ਪਤਾ ਗਾ ਵੀ ਨਹੀਂ ਸੁਣਦੀ ਮੰਮੀ, ਸਾਰਾ ਕਸੂਰ ਆਪਦੇ ਚ ਕੱਢਣਾ ਹੁੰਦਾ ਗਾ, ਤੇ ਤੁਸੀਂ ਕਿਉਂ ਬੋਲੀ ਜਾਂਦੇ ਹੋਗੇ? ਹੱਦ ਹੋਈ ਪਈ ਇਹਨਾਂ ਦੀ ਵੀ। ਤੂੰ ਕਿਵੇਂ ਇਕੱਲੀ ਬੋਲੀ ਜਾਂਦੀ ਹੈ? ਨਾ ਮੈਂ ਇਕੱਲੀ ਬੋਲਣ ਦਾ ਹੋਰ ਕੀ ਕਰਾਂ, ਤੁਹਾਨੂੰ ਕੀ ਲੋੜ ਆ ਕਹਿਣ ਦੀ? ਜਦੋਂ ਪਤਾ ਮੰਮੀ ਨੇ ਨਹੀਂ ਸੁਣਨੀ ਹੈਗੀ, ਕਿਉਂ ਬੋਲੀ ਜਾਂਦੇ ਹੋ ਤੁਸੀਂ ਉਹਨਾਂ ਨਾਲ? ਛੋਟਾ ਮੇਰੇ ਤੋਂ ਸਮਝਾਉਣ ਦਾ ਹੱਕ ਹੈ ਮੇਰਾ ਉਹਨੂੰ। ਮੈਂ ਸਮਝਦੀ ਹਾਂ ਹੱਕ ਹੈਗਾ, ਆਪਾਂ ਸੋਚਦੇ ਆ ਵੀ ਛੋਟਾ ਗਾ, ਮੰਮੀ ਤਾਂ ਨਹੀਂ ਸਮਝਦੀ ਨਾ। ਮੰਮੀ ਨੂੰ ਤਾਂ ਇਹ ਆਹ ਮੇਰੇ ਪੁੱਤ ਨੂੰ ਰੋਕਦੇ ਹੈਗੇ। ਜੇ ਨਾ ਅੱਜ ਰੋਕਿਆ ਨਾ, ਕੱਲੂ ਬਾਲਾ ਕੁਛ ਹੋ ਜੂ। ਮੰਮੀ ਨੂੰ ਵੀ ਫੇਰ ਹੀ ਪਤਾ ਲੱਗੂ, ਮੈਂ ਤਾਂ ਕਦੇ ਨਹੀਂ ਕੁਛ ਬੋਲੀ ਹੈਗੀ, ਜੇ ਮੈਂ ਹੱਸ ਵੀ ਪਵਾਂ ਨਾ ਉਹਦੇ ਨਾਲ ਕਿੰਨਾ ਕੁਛ ਬੋਲਦੀ ਹੈ ਮੰਮੀ। ਚੱਲ ਕੋਈ ਨਾ, ਤੁਹਾਨੂੰ ਕੀ ਲੋੜ ਹੈ ਇੰਨੀ ਬੇਇੱਜ਼ਤੀ ਕਰਾਉਣ ਦੀ ਇਹਨਾਂ ਤੋਂ? ਕਿਹਦੇ ਤੋਂ? ਮੰਮੀ ਤੋਂ। ਕੋਈ ਗੱਲ ਨਹੀਂ, ਮੰਮੀ ਦੇ ਮੂਹਰੇ ਆ ਜਾਣਗੇ ਜੇ ਮੰਮੀ ਇੰਨੇ ਅੱਗੇ ਤਾਂ ਅੱਗੇ ਜੇ ਲਈ ਜਾਂਦੀ। ਮੈਂ ਕਹੀ ਜਾਂਦਾ ਵੀ ਇਹਨੂੰ ਸੁਧਾਰ ਲਾਂ ਸੁਧਾਰ ਲਾਂ ਸੁਧਾਰ ਲਾਂ, ਉਹ ਗੱਗੀ ਆ
ਪਰਸੋਂ ਜੋ ਉੱਥੇ ਜਿੱਦੇ ਆਪਾਂ ਨੰਗਿਆਂ ਡਿੱਗਦਾ ਜਾਂਦਾ ਸੀ ਪਤਾ ਛੋਟੇ ਦੇ ਲੱਛਣ ਮਾੜੇ ਹੋਏ ਪਏ ਆ ਪੈਂਟਾਂ 'ਚ ਬਥੇਰਾ ਕੁਝ ਨਿਕਲਦਾ ਜੋ ਧੋਣੀ ਹੈ ਮੈਂ ਤਾਂ ਬੋਲਦੀ ਨਹੀਂ ਹੈਗੀ ਮੈਂ ਨਾ ਲੜਾਈ ਪਾ ਲਾ ਮੈਨੂੰ ਕੀ ਕਹਿੰਦੀ ਲੋੜ ਜਦੋਂ ਪਤਾ ਵੀ ਸੁਣਦੇ ਨਹੀਂ ਹੈਗੇ ਹਰ ਰੋਜ਼ ਤੈਨੂੰ ਪਤਾ ਮੰਮੀ ਤੋਂ ਕਿੰਨੇ ਕਿੰਨੇ ਪੈਸੇ ਲੈ ਕੇ ਜਾਂਦਾ ਮੈਂ ਮੰਮੀ ਨੂੰ ਉਦੋਂ ਨਹੀਂ ਦਿੰਦਾ ਵੀ ਇਹ ਕਿੱਥੇ ਖਰਚਦਾ ਗਾ ਰੋਟੀ ਆ ਉਹ ਘਰੋਂ ਖਾ ਕੇ ਜਾਂਦਾ ਤੇ ਜਦੋਂ ਆਉਂਦਾ ਭੁੱਖ ਭੁੱਖ ਉਦੋਂ ਕਰਦਾ ਹੁੰਦਾ ਵੀ ਘਰੇ ਆ ਕੇ ਖਾਂਦਾ ਗਾ ਇਹ ਮੰਮੀ ਨੂੰ ਅਕਲ ਨਹੀਂ ਆਉਂਦੀ ਗੀ ਵੀ ਭਾਈ ਇਹਦੇ ਪੈਸੇ ਜਾਂਦੇ ਕਿੱਥੇ ਇਹ ਸਵੇਰੇ ਲੈ ਜਾਂਦਾ ਕਿੰਨੇ ਨੇ ਲਿਹਾਜ ਕੀ ਇਹੋ ਜਿਹੇ ਬੰਦਿਆਂ ਨਾਲ ਕਹਿੰਦੇ ਹੁੰਦੇ ਜਿਹੇ ਜਿਹੇ ਚ ਬਹਿੰਦਾ ਗਾ ਉਹ ਜਿਹਾ ਹੋਇਆ ਪਿਆ ਗਾ ਹੁਣ ਤਾਂ ਮਾੜਾ ਮੋਟਾ ਡਰ ਹੈਗਾ ਹੀ ਇਹਦਾ ਹਨਾ ਵੀ ਮੰਨਦਾ ਗਾ ਥੋੜਾ ਡਰ ਇਹ ਤੇ ਅੱਜ ਮੈਂ ਮੰਮੀ ਕਰਦੀ ਆ ਨਾ ਇਹਨੇ ਥੋੜਾ ਡਰ ਚੱਕ ਦੇਣਾ ਗਾ ਆਪੇ ਫਿਰ ਦੇਖੀ ਜਾਊਗੀ ਮੰਮੀ ਇੱਥੇ ਬਥੇਰਾ ਕੁਝ ਬੋਲੀ ਜਾਂਦੀ ਸੀ ਪਹਿਲਾਂ ਵੀ ਕਹਿੰਦੀ ਇੱਥੇ ਰੋਡੇ ਲੱਗੇ ਪਏ ਆ ਜੋ ਮੈਂ ਤਾਂ ਚੱਲ ਚੁੱਪ ਕਰ ਗਈ ਮੈਂ ਤਾਂ ਕੀ ਬੋਲਣਾ ਤੂੰ ਨਾ ਬੋਲੀ ਯਾਰ ਮੈਂ ਅੱਗੇ ਕਦੇ ਬੋਲੀ ਆ ਕੁਛ ਤੁਹਾਡੇ ਪਿੱਛੇ ਚੱਲੀ ਜਾਂਦੀ ਹੈਗੀ ਮੰਮੀ ਸਿਰ ਚ ਗਲੀਆਂ ਕਰਦੀ ਆ ਕਰੀ ਜਾਣ ਦੇ ਬਾਅਦ ਤੂੰ ਨਹੀਂ ਬੋਲਣਾ ਕੁਛ ਵੀ ਨਹੀਂ ਤਾਂ ਬਣੂਗਾ ਕਿ ਹੁਣੀ ਇੰਨਾ ਵਿਗਾੜੀ ਜਾਂਦੀ ਹੈ ਕੱਲ ਨੂੰ ਉਹਨੂੰ ਮੰਗਣਾ ਵੀ ਉਹਨਾਂ ਨਹੀਂ ਹੈਗਾ ਕਿਸੇ ਨੇ ਰਿਸ਼ਤਾ ਨਹੀਂ ਕਰਨਾ ਇਹਨੂੰ ਆਪੇ ਦੇਖਣਗੇ ਉਹਦਾ ਤਾਂ ਹੀ ਰੋਕੀ ਆ ਨਾ ਨਾ ਫਿਰ ਤੁਹਾਨੂੰ ਕਹਿਣ ਦੀ ਕੀ ਲੋੜ ਹੈ ਮੈਂ ਤਾਂ ਇਹ ਕਹਿੰਨੀ ਆ ਆਪਦੀ ਬੇਇੱਜ਼ਤੀ ਹੁੰਦੀ ਆ ਮੈਨੂੰ ਬਥੇਰਾ ਨੇ ਲਾਂਬਾ ਦਿੱਤਾ ਉਹਨੂੰ ਕੱਲੇ ਨੂੰ ਸਮਝਾ ਦਿੰਦੇ ਮੈਨੂੰ ਪਤਾ ਕਿੰਨੇ ਜਾਣੇ ਨੇ ਲਾਂਬਾ ਦਿੱਤਾ ਸੋਡੇ ਵਾਲਾ ਨਸ਼ੇੜੀਆਂ ਨਾਲ ਰਲਿਆ ਫਿਰਦਾ ਹੁੰਦਾ ਥੋਡੇ ਵਾਲਾ ਨਸ਼ੇੜੀਆਂ ਨਾਲ ਰਲਿਆ ਫਿਰਦਾ ਕਹਿਦਾ ਕਰਕੇ ਭਈ ਸਾਡੇ ਘਰੇ ਲਾਂਬਾ ਦੇ ਕੇ ਐਂ ਕਹੋ ਨਾ ਤੁਸੀਂ ਫੇਰ ਪਤਾ ਲੱਗੂਗਾ ਜਦੋਂ ਇਹਨੂੰ ਕੋਈ ਤੀਜਾ ਬੰਦਾ ਆ ਕੇ ਕਹਿ ਕੇ ਗਿਆ ਇਹਨੂੰ ਤਾਂ ਇਹੀ ਆ ਪਤਾ ਨਹੀਂ ਇਹੀ ਵਿਗਾੜਦੇ ਹੈਗੇ ਚਾਹ ਤੂੰ ਲਿਆ ਘੁੱਟ ਤੁਸੀਂ ਵੀ ਆਉਣ ਸਾਰ ਉਹਨਾਂ ਨਾਲ ਮੱਥਾ ਲਾ ਲਿਆ ਚਾਹ ਦੀ ਘੁੱਟ ਪੀ ਲਿਆ ਕਰੋ ਰੋਟੀ ਰੁਟੀ ਖਾ ਲਿਆ ਕਰੋ ਆ ਕੇ ਉਹਨਾਂ ਨਾਲ ਬੁਲਾ ਕੇ ਬਹਿ ਜਾਂਦੇ ਬਸ ਮੇਰੀ ਗੱਲ ਸੁਣ ਲਓ ਨਾਲੇ ਤੁਸੀਂ ਵੀ ਰਾਹ ਸਿਰ ਨਾ ਕਹਿ ਦਿਆ ਕਰੋ ਛੋਟੇ ਨੂੰ ਕੱਲੇ ਨੂੰ ਬਹਾ ਕੇ ਕਹਿ ਦਿਓ ਮੈਂ ਤਾਂ ਕਹਿਣੋ ਹੀ ਹਟ ਦੂੰਗਾ ਇੱਕ ਦੋ ਵਾਰੀ ਦੇਖੂੰਗਾ ਨਹੀਂ ਕਹਿਣੋ ਹਟ ਦੂੰਗਾ ਆਹੀ ਫਾਇਦਾ ਮੈਂ ਤਾਂ ਕਹਿੰਦੀ ਹੈਗੀ ਹਰ ਰੋਜ਼ ਬੇਇੱਜ਼ਤੀ ਨਾ ਕਰਾਇਆ ਕਰੋ ਚਾਹ ਪੀਣੀ ਹੈ ਕਿ ਰੋਟੀ ਖਾਣੀ ਹੈ ਮੈਂ ਚਾਹ ਹੀ ਪੀਣੀ ਹੈ ਮੈਂ ਚਾਹ ਲਿਆ ਘੁੱਟ ਸਾਰੀ ਦਿਹਾੜੀ ਤੁਸੀਂ ਮੇਰੇ ਮਗਰ ਪੈ ਰਹੇ ਹੋ ਕਦੇ ਤਾਂ ਬਖਸ਼ ਦਿਆ ਕਰੋ ਮੈਨੂੰ ਅਸੀਂ ਤਾਂ ਤੈਨੂੰ ਕੁਛ ਕਹਿੰਦੇ ਨੀ ਪਰ ਆ ਗੱਲਾਂ ਜਿਹੜੀ ਤੂੰ ਕਰਦੀਆਂ ਨਾ ਇਹ ਵੀ ਚੰਗੀਆਂ ਹੈਗੀਆਂ ਮੁੰਡੇ ਨੂੰ ਪੜਾ ਅੰਦਰੇ ਅੰਦਰ ਮੰਮੀ ਕਦੇ ਵੀ ਉਹਨਾਂ ਨੂੰ ਮੈਂ ਚੰਗੀ ਮਾੜੀ ਨੀ ਕਹੀ ਤੁਹਾਡੇ ਪ੍ਰਤੀ ਠੀਕ ਹੈ ਨਾ ਤੁਹਾਨੂੰ ਕੋਈ ਪਤਾ ਨੀ ਵਹਿਮ ਹੋ ਜਾਂਦਾ ਕਿ ਮੈਂ ਨਾ ਤਾਂ ਤੂੰ ਬਾਹਰੋਂ ਮੈਂ ਵੀ ਇਸੇ ਘਰ ਚੋਂ ਮੈਨੂੰ ਪਤਾ ਕੀ ਹੋਈ ਜਾਂਦਾ ਗਾ ਕੌਣ ਕਿਹਦੇ ਕਿੰਨਾ ਕਿਵੇਂ ਉਹਦੇ ਨਾਲ ਫਰਕ ਚੱਲੀ ਜਾਂਦਾ ਛੋਟੇ ਨਾਲ ਸਾਰਾ ਕੁਛ ਮੈਨੂੰ ਪਤਾ ਬਸ ਬਸ ਬੋਲਣ ਦੀ ਲੋੜ ਨਹੀਂ ਹੈਗੀ ਮੇਰੇ ਮੈਂ ਤੈਨੂੰ ਦੱਸਾਂ ਨਾ ਮੰਮੀ ਉਹ ਨਸ਼ਾ ਕਰਨ ਲੱਗ ਗਿਆ ਗਾ ਜੇ ਉਹਨਾਂ ਨੇ ਰੋਕਤਾ ਤੇ ਮਾੜੀ ਗੱਲ ਆ ਗਈ ਕਿਉਂ ਨਸ਼ਾ ਲਿਆ ਕੇ ਤੂੰ ਫੜਾਉਣੀ ਹੈ ਤੂੰ ਬੋਲਦੀ ਹੈ ਮੈਂ ਤਾਂ ਦੇਖਿਆ ਨਹੀਂ ਕਦੇ ਮੇਰਾ ਪੁੱਤ ਡਿੱਗਦਾ ਆਉਂਦਾ ਕੋਈ ਨਾ ਮਾਂ ਜਿੱਤੇ ਤੁਹਾਡੀ ਗੁੱਤ 'ਚ ਹੱਥ ਪਾ ਲਿਆ ਨਾ ਤੁਹਾਨੂੰ ਵੀ ਫਿਰ ਪਤਾ ਲੱਗੂਗਾ ਬਾਹਰ ਕੀ ਰੌਲਾ ਜਿਹਾ ਪਾਈ ਜਾਂਦੇ ਹੁਣ ਦੱਸਦੀ ਆ ਮੇਰੀ ਗੱਲ ਸੁਣ ਲਓ ਅੱਡ ਉੱਡ ਹੋ ਜਾਓ ਹੁਣ ਦੇਖ ਲੈ ਕਹਿੰਦੀ ਖਸਮ ਲਾਤੀਆਂ ਹੋਣੀਆਂ ਹੁਣ ਉਂਗਲਾਂ ਅੰਦਰ ਬਹਾ ਕੇ ਕਹਿੰਦੀ ਕਹਿੰਦੀ ਇਹ ਪਵਾਉਂਦੀ ਆ ਪਵਾੜੇ ਕਹਿੰਦੀ ਇਹ ਲਾਉਂਦੀ ਆ ਉਂਗਲਾਂ ਮੇਰਾ ਪੁੱਤ ਨੀ ਮਾੜਾ ਕਹਿੰਦੀ ਇਹ ਮਾੜੇ ਹੈਗੇ ਤੈਨੂੰ ਮੈਂ ਕਿੰਨੇ ਵਾਰੀ ਕਿਹਾ ਵੀ ਤੂੰ ਨਾ ਬੋਲ ਤੂੰ ਸੁਣੀ ਜਾ ਅੱਛਾ ਕੰਧਾ ਨਾ ਤਾਂ ਨਹੀਂ ਬੋਲੀ ਜਾਊ ਤੂੰ ਅੰਦਰ ਆ ਕੇ ਬਹਿ ਜਾ ਮੈਂ ਬੋਲੀ ਕੁਛ ਮੇਰੀ ਆਵਾਜ਼ ਆਈ ਆ ਬਾਰੇ ਬਾ ਤੇਰੀ ਨਹੀਂ ਆਈ ਨਾ ਤਾਂ ਵਧੀਆ ਤੈਨੂੰ ਕੋਈ ਮਾੜਾ ਵੀ ਨਹੀਂ ਨਾ ਕਹਿੰਦਾ ਆਂਢ ਗਵਾਂਢ ਚ ਕਹਿੰਦੀ ਇਹ ਵਿਗਾੜਦੇ ਆ ਕਹਿੰਦੀ ਨਾ ਮੇਰੇ ਪੁੱਤ ਦਾ ਲਾ ਦਿੰਦੇ ਆ ਕਹਿੰਦੀ ਕੋਈ ਨਾ ਕਹੀ ਜਾਂਦੇ ਕਹਿੰਦੀ ਇਹ ਵਿਆਹ ਕੇ ਲੈਂਦੀ ਆ ਕਹਿੰਦੀ ਜਿੱਦਾਂ ਦਾ ਘਰ ਥੱਲੇ ਲਾਉਣ ਤੇ ਆਇਆ ਪਿਆ ਕਹਿੰਦੀ ਕੋਈ ਨਾ ਕੋਈ ਨਾ ਕੋਈ ਨਾ ਕੋਈ ਨਾ ਨਾ ਮੇਰਾ ਦਿਮਾਗ ਹੱਲ ਜੂ ਇਸ ਘਰ ਚ ਮੈਂ ਤਾਂ ਜੇਲ੍ਹ ਹੋਈ ਪਈ ਆ ਇੱਥੇ ਤੈਨੂੰ ਕਿਹਾ ਨਾ ਤੇਰੇ ਨਾਲ ਛਿੱਤਰ ਫੇਰਨਾ ਪਜੇ ਪਹਿਲਾਂ ਉਧਰੋਂ ਮੈਂ ਬਾਹਰ ਬਕਵਾਸ ਸੁਣ ਕੇ ਹੁਣ ਤੇਰੀ ਸੁਣੀ ਜਾਂਦਾ ਤੈਨੂੰ ਕਹਿਤਾ ਵੀ ਤੂੰ ਨਾ ਬੋਲਿਆ ਕਰ ਅੱਛਾ ਮੇਰੀ ਬਕਵਾਸ ਲੱਗਦੀ ਆ ਜਿਹੜੇ ਬਾਹਰ ਹਾਰ ਪਏ ਆ ਤੇਰੇ ਉਹ ਹੱਦ ਹੁੰਦੀ ਹੈਗੀ ਮੂੰਹ ਮੋਟਾ ਕਰਕੇ ਬਹਿ ਜਾ ਇਹੇ ਦਾ ਭਲਾ ਇੱਥੇ ਕਰੋ ਹੀ ਨਾ ਆਹੋ ਤੁਹਾਡੇ ਪਿੱਛੇ ਲੱਗ ਲੱਗ ਕੇ ਮੈਂ ਇਹਨਾਂ ਦੀ ਤਾਂ ਸੁਣੀ ਜਾਂਦੀ ਰਹਿੰਦੀ ਹਾਂ ਹਰ ਵਕਤ ਉਲਟਾ ਤੁਸੀਂ ਮੈਨੂੰ ਲੜਨ ਲੱਗ ਜਾਂਦੇ ਹੋ ਓ ਯਾਰ ਟਿੱਕ ਕੇ ਬਹਿ ਜਾ ਜਾਂ ਇੱਥੋਂ ਤੁਰ ਜਾ ਤੂੰ ਵੀ
ਜਾ ਅੰਦਰ ਜਾ ਕੇ ਬਹਿ ਜਾ ਉਹਦਾ ਮੈਂ ਇੱਥੇ ਬੈਠੂੰਗੀ ਬਹਿ ਜਾ ਫਿਰ ਬੋਲੀ ਨਾ ਕੁਛ ਚਿੱਪ ਖਲਾ ਲੈਣੀ ਆ ਮੂੰਹ ਜਾ ਲੈਣੀ ਆ ਉੱਥੇ ਨਹੀਂ ਕੁਛ ਬੋਲੇਗੀ ਮੈਂ ਉੱਠ ਕੇ ਤੁਰ ਜਾਣਾ ਤੂੰ ਬੈਠੀ ਰਹਿ ਆ ਗਈ ਹੋਰ ਤੂੰ ਕਿਵੇਂ 16 ਏ ਕੱਢੀ ਜਾਂਦੀ ਕੱਢ ਹੋਰ ਫਿਰ ਹੁਣ ਟੱਬਰ ਦਾ ਕੰਮ ਆ ਕੰਮ ਤਾਂ ਕਰਨਾ ਹੀ ਆ ਹੋਰ ਠੀਕ ਠਾਕ ਹੋ ਗਏ ਦਰਸ਼ਨ ਬਾਬਾ ਜੀ ਦੇ ਹਾਂ ਠੀਕ ਆ ਵਧੀਆ ਬਸ ਵਧੀਆ ਵਧੀਆ ਸਾਰੇ ਗੁਰਦੁਆਰਾ ਸਾਹਿਬ ਜਾਏ ਸਾਰੇ ਸਾਰੇ ਫਿਰ ਜਦੋਂ ਗਏ ਤੇ ਸਾਰੇ ਜਾ ਕੇ ਚੱਲ ਵਧੀਆ ਹੋ ਗਿਆ ਕੱਠ ਵੱਟ ਕਿਵੇਂ ਸੀਗਾ ਕੱਠ ਬਥੇਰਾ ਸੀ ਬੜਾ ਕੱਠ ਸੀਗਾ ਚੱਲ ਚੰਗੀ ਸਾਰਾ ਪੰਜਾਬ ਉੱਥੇ ਉਤਰ ਗਿਆ ਜਾ ਕੇ ਐ ਤਾਂ ਫਿਰ ਮੇਲਾ ਵੀ ਬਣਾ ਲੈਂਦੇ ਆ ਉਹ ਹੈਗਾ ਧਾਰਮਿਕ ਜਗ੍ਹਾ ਲੋਕ ਮੇਲਾ ਤਾਂ ਬਣਾ ਹੀ ਲੈਂਦੇ ਆ ਨਾ ਸ੍ਰੀ ਗੁਰੂ ਬਾਪੂ ਸ੍ਰੀ ਗੁਰੂ ਤੋ ਠੀਕ ਆ ਹਾਂ ਵਧੀਆ ਵਧੀਆ ਹੋਰ ਦੱਸੋ ਹੋਰ ਠੀਕ ਆ ਵਧੀਆ ਘਰੇ ਹੋਰ ਵਧੀਆ ਠੀਕ ਹੈਗਾ ਬਸ ਅਸ਼ੋਰ ਜੇ ਦੋਨੇ ਹੀ ਬੜਾ ਉਹ ਕਰਦੇ ਰਹਿੰਦੇ ਨੇ ਕੀ ਹੋ ਗਿਆ ਬਸ ਇੱਕ ਦੂਜੇ ਨਾਲ ਆਕੜਾ ਭਾਈਆਂ ਦੀਆਂ ਹੋਰ ਕਿਵੇਂ ਹੁੰਦੀਆਂ ਨੇ ਅੱਛਾ ਹਾਂ ਆ ਬੈਠਾ ਪੁੱਛ ਲੈ ਇਹਨੂੰ ਕੀ ਗੱਲ ਹੋ ਗਈ ਬਾਪੂ ਗੱਗੀ ਨਹੀਂ ਉਹ ਮੁੰਡਾ ਉਹਨਾਂ ਦਾ ਅੱਛਾ ਜਿਹੜਾ ਨਸ਼ਾ ਕਰਦਾਗਾ ਹਾਂ ਚਾਚੇਗਾ ਆਹੋ ਗੂ ਆਹ ਮੈਂ ਸਮਝ ਗਿਆ ਹਾਂ ਨਸ਼ੀੜੀ ਅਸਰੇ ਦਾ ਉਹਦੇ ਨਾਲ ਖੜਾ ਗੱਲਾਂ ਮਾਰੀ ਜਾਂਦਾ ਸੀ ਉਹਦੇ ਕੋਲੇ ਖੜਨ ਦਾ ਕੰਮ ਕੀ ਆ ਆਹੋ ਉਹਨੂੰ ਕਹਿੰਦੇ ਮੇਰੀ ਇੱਜ਼ਤ ਕੀ ਆ ਉਹਨਾਂ ਦੀ ਕੀ ਅਗਲਾ ਕਹਿੰਦਾ ਉਹਨਾਂ ਦਾ ਮੁੰਡਾ ਨਸ਼ਾ ਕਰ ਕੋੜੀ ਨਹੀਂ ਅਗਲਾ ਕਹਿੰਦਾ ਭਾਵੇਂ ਨਾ ਹੀ ਖਾਵੇ ਅਰ ਤਾਂ ਕੋਲੇ ਆਈ ਵੱਜਦਾ ਵੀ ਹਣੀ ਖਾਂਦੇ ਹੋਊਗਾ ਸਨੀ ਤੂੰ ਤਾਂ ਆਪਣੀ ਗੱਲ ਮੰਨਦਾ ਹੈਗਾ ਉਹ ਕੀ ਕਮਲਾਗਾ ਪੜਿਆ ਲਿਖਿਆ ਜਵਾਕ ਹੈ ਫਿਰ ਵੀ ਇਹ ਫਿਰ ਖੜਦਾ ਕੀ ਆ ਉਹਦੇ ਕੋਲੇ ਉਹਨਾਂ ਕੀ ਹੋ ਜਾਊਗਾ ਫਿਰ ਐਵੇਂ ਤੂੰ ਤਾਂ ਕਰੀ ਜਾਂਦਾ ਗਾ ਹੁਣ ਸਾਹ ਕਾਲਜ ਪੜਦਾ ਨਾ ਹੁਣ ਸਾਹ ਤੇਰੇ ਪਿਓ ਨੂੰ ਉਹ ਕਰ ਲੱਗ ਗਿਆ ਤੂੰ ਭੁੱਖਾ ਉਹਦੀ ਗੱਲ ਨਹੀਂ ਹੁੰਦੀ ਜੇ ਅੱਜ ਖੜੂਗਾ ਨਾ ਕੱਲ ਨੂੰ ਬੰਦਾ ਆਈ ਪਾਈਪਾਂ ਦੇ ਕਾਹਦੇ ਵਾਸਤੇ ਤੂੰ ਲੱਗਦਾ ਰਹਿਣਾ ਗਾਂਦਰੇ ਦੇ ਐਂ ਨਾ ਕਰਿਆ ਕਰ ਨਹੀਂ ਨਹੀਂ ਉਹ ਸਮਝਾਉਣ ਦਾ ਮੈਂ ਤਾਂ ਮੂਹਰੇ ਆ ਜਾਂਦੇ ਹੁਣ ਇਹ ਗੱਲਾਂ ਇਹ ਕੁਛ ਨਹੀਂ ਹੁੰਦਾਗਾ ਭਾਈ ਆ ਤੇਰਾ ਛੋਟਾ ਉਹ ਛੋਟਾ ਕਹਿੰਦਾ ਤਾਂ ਹੀ ਸਮਝਾਉਣਾ ਮੈਂ ਨਹੀਂ ਮੇਰੇ ਅੰਦਰ ਨੂੰ ਕੀ ਆ ਵੇਚ ਕੇ ਆਉਦੇ ਹਿੱਸੇ ਦੀ ਖਾ ਜਾਊਗਾ ਉਹ ਕਿਧਰੇ ਨਹੀਂ ਕੁਛ ਕਰਦਾ ਹੈਗਾ ਐਵੇਂ ਨਾ ਉਹ ਕਰਿਆ ਕਰੋ ਉਹ ਕਹਿੰਦਾ ਕਰੋ ਵੀ ਉਹ ਬੰਦਾ ਠੀਕ ਨਹੀਂ ਖੜਿਆ ਨਾ ਕਰੋ ਬਸ ਇਹ ਚ ਕੀ ਕਰਨਾ ਉਹ ਤਾਂ ਮੈਂ ਵੀ ਕਿਥੋਂ ਜਾ ਦੂੰ ਉਹ ਰੌਣ ਸਾਰ ਉਹਦੀਆਂ ਬਾਹਾਂ ਮਰੋੜ ਲੱਗ ਗਿਆ ਨਹੀਂ ਨਹੀਂ ਇਹਨਾਂ ਨੂੰ ਉਹ ਕਹਿੰਦੇ ਭਾਈ ਉਹਦੇ ਕੋਲੇ ਨੇ ਖੜਾ ਕਰ ਉਹ ਮੈਂ 15 ਹੀ ਦੇਖ ਲਿਆ ਇਹਨੂੰ ਪਹਿਲਾਂ ਮੈਂ ਕੁਝ ਕਿਹਾ ਨਹੀਂ ਅੱਛਾ ਨਾ ਤੂੰ ਕਹਿੰਦਾ ਨਾ ਵੀ ਉਹ ਬੰਦੇ ਕੋਲੇ ਨੇ ਖੜਿਆ ਕਰ ਭਾਈ ਪੜਾ ਲੱਗਦਾ ਚੱਜ ਦੇ ਬੰਦੇ ਕੋਲੇ ਖੜੋ ਹੋਰ ਬਥੇਰੇ ਬੰਦੇ ਆ ਉਹ ਕਿਹੜਾ ਪਿੰਡ ਚ ਬੰਦੇ ਇਹ ਨਹੀਂ ਉਹ ਗਿੱਜਿਆ ਵਾ ਗਾਹਾਂ ਪ੍ਰਗਟ ਕੋਲੇ ਪ੍ਰਗਟ ਪ੍ਰਗਟ ਕਹੇ ਜਾ ਫਿਰ ਪ੍ਰਗਟ ਦਾ ਪਤਾ ਨਹੀਂ ਹੁਣ ਇਹਨੂੰ ਕੌਣ ਪਤਾ ਗੁੜੰਗਾ ਨੂੰ ਸਾਰੀ ਗੱਲ ਪਤਾ ਹੁੰਦੀ ਹੈ ਤੂੰ ਬਹਿ ਜਾ ਟਿੱਕੇ ਚਾਹ ਨਹੀਂ ਪਾਣੀ ਨਹੀਂ ਬਣਾਉਣ ਦੇ ਤਾਂ ਤੇਰੇ ਵਾਸਤੇ ਆਉਣ ਸਾਰ ਛਿੰਝ ਛੇੜ ਲਈ ਐ ਨਹੀਂ ਦੇਖਿਆ ਹੈਗਾ ਵੀ ਬਾਹਰੋਂ ਆਇਆ ਗਾ ਉਹ ਹੋਰ ਹੀ ਲੱਗ ਜਾਂਦੇ ਨੇਗੇ ਆਇਆ ਬਾਹਰੋਂ ਨਾਲੇ ਅੰਦਰ ਚੱਲ ਮੈਂ ਪਾਣੀ ਲਿਆ ਕੇ ਦਿੰਨੀ ਆ ਚੱਲ ਕੋਈ ਨਹੀਂ ਬਸ ਕੱਢ ਲੈ ਥੋੜਾ ਤੂੰ ਮੈਂ ਪੀ ਲਉ ਪਾਣੀ ਤਾਂ ਖੜਾ ਹੋਇਆ ਚੰਗਾ ਕੋਈ ਵੀ ਨਹੀਂ ਕਰਦੇ ਨੇ ਮਾੜੀ ਮਾੜੀ ਗੱਲਾਂ ਚ ਨਾ ਘਰਾਂ ਚ ਫਰਕ ਪੈ ਜਾਂਦਾ ਨਹੀਂ ਨਹੀਂ ਇਹਦਾ ਥੋੜਾ ਸਨੀ ਦਾ ਦਿਮਾਗ ਵੀ ਤੱਤਾ ਜ਼ਿਆਦਾ ਹੀ ਹੋ ਜਾਂਦਾਗਾ ਕਹਿੰਦਾ ਨਹੀਂ ਚੱਲ ਮੈਂ ਸਮਝਾ ਦੂੰ ਹਾਂ ਮੈਂ ਤਾਂ ਇਹ ਕਹਿੰਦੀ ਵੀ ਮਲ ਕੇ ਚੱਲੀ ਜਾਵੇ ਚੱਲ ਆਪਾਂ ਨਿਆਣਾ ਨਿਆਣਾ ਹੈਗਾ ਉਹ ਹਾਂਜੀ ਜਿਹਦੇ ਨਾਲ ਮਰਜ਼ੀ ਆ ਚੰਗੇ ਬੰਦੇ ਨਾਲ ਇਹਨੂੰ ਕੁਝ ਨਹੀਂ ਕਹਿੰਦਾ ਉਹਦਾ ਜਾਇਆ ਕਰੇ ਆਇਆ ਕਰੇ ਜੇ ਉਹਦੇ ਕੋਲੇ ਜਾਂ ਪ੍ਰਗਟ ਕੋਲੇ ਖੜੇ ਨੂੰ ਦੇਖ ਲਿਆ ਉਹਦਾ ਲੱਤਾਂ ਤੋੜ ਕੇ ਲਿਆਉਂ ਉੱਥੇ ਓਹੋ ਦਿਮਾਗ ਨਾ ਬਸ ਉਹ ਪੂਰੀ ਕਹਿ ਦੇਣਾ ਯਾਰ ਉਹਨੂੰ ਐਡੀ ਗੱਲ ਤੱਕ ਗੱਲ ਦੂਰ ਹੀ ਜਾਂਦੀ ਤੂੰ ਵਧਾਈ ਜਾਂਦਾ ਗੱਲ ਚਲ ਠੀਕ ਆ ਬੇਬੇ ਤੈਨੂੰ ਤਾਂ ਮੈਂ ਭੈੜਾ ਹੀ ਲੱਗਦਾ ਮੈਂ ਨਹੀਂ ਭੈੜਾ ਲੱਗਦਾ ਕਹਿ ਲੋ ਇਹਨਾਂ ਨੂੰ ਆਕੜ ਕੇ ਅੰਦਰ ਨੂੰ ਹੋ ਜਾਂਦੇ ਨੇ ਫਿਰ ਉਹੀ ਤੇ ਗੱਲ ਆ ਚੰਗੀ ਗੱਲ ਕਹਿੰਦੇ ਆ ਬੁਰਾ ਲੱਗਦਾ ਵੀ ਚੱਲ ਨਿਆੜਾ ਸਮਝ ਜਾਊਗਾ ਹਜੇ ਪੜਦਾ ਹੈਗਾ ਉਹ ਉਹ ਕਿੱਥੇ ਆ ਵਾ ਪਤਾ ਨਹੀਂ ਇਹ ਕਿ ਬਾਹਰ ਗਿਆ ਵਾ ਉਹ ਵੀ ਇਥੋਂ ਜਦੋਂ ਇਹ ਬੋਲਦਾ ਸੀ ਉੱਠ ਕੇ ਜੇ ਬਾਹਰ ਨੂੰ ਉਹ ਵਗ ਗਿਆ ਐ ਨਹੀਂ ਪਤਾ ਬਾਹਰ ਨੂੰ ਵਗ ਗਿਆ ਕਿ ਉਹ ਦੂਜੇ ਪਾਸੇ ਵਿਹੜੇ ਚ ਵਗ ਗਿਆ ਆਪਣੇ ਮੱਝਾਂ ਵਾਲੇ ਬੰਨੀ ਐ ਮੈਨੂੰ ਵੀ ਨਹੀਂ ਪਤਾ ਹੈਗਾ ਉੱਠ ਕੇ ਜੇ ਆਕੜ ਜੀ ਨਾਲ ਉਹ ਵਗ ਗਿਆ ਤਾਂ ਬਸ ਮੈਂ ਤਾਂ ਪੈਨਾ ਇਹ ਜੇ ਕਰਦਾ ਸੀਗਾ ਪਤਾ ਨਹੀਂ ਮੱਝਾਂ ਵਾਲੇ ਪਾਸੇ ਅੱਗੇ ਕਮਰੇ ਚ ਪੈ ਗਿਆ ਮੈਂ ਤਾਂ ਗਈ ਨਹੀਂ ਇੱਥੇ ਬੈਠੀ ਆ ਛੋਲਵਾ ਕੱਢੀ ਜਾਂਦੀ ਆ ਦਾ ਸੌਂ ਗਏ ਹੋਊਗਾ ਪਤਾ ਤਾਂ ਹੈਗਾ ਤੈਨੂੰ ਸੌਂ ਤਾਂ ਪੱਦਾ ਹੈ ਲੈ ਬੱਬੇ ਨਜ਼ਾਰਾ ਤਿਆਰ ਹੋ ਗਏ ਖਰਚੇ ਪੈਸੇ ਤੇ ਉਹਨੂੰ ਦਿੱਤੇ ਯਾਰ ਪੈਸੇ ਹੁਣ ਮੰਮੀ ਤਾਂ ਮੰਗਦਾ ਪੈਸੇ ਤਾਂ ਹੈ ਨਹੀਂ ਕੋਲ ਮੰਮੀ ਕਿੱਥੇ ਹੈ ਉਹ ਪਤੇ ਪਸ਼ੂਆਂ ਨੇ ਮੰਮੀ ਹਾਂ ਪੁੱਤ ਉਹ ਕਾਲ ਜਾਂਦਾ ਸੀ ਮੈਂ ਅੱਛਾ ਰੋਟੀ ਪਾਣੀ ਤਾਂ ਖਾ ਲਿਆ ਫਿਰ ਰੋਟੀ ਪਾਣੀ ਬਣੀ ਨਹੀਂ ਭਾਬੀ ਕਹਿੰਦੇ ਟਾਈਮ ਲੱਗੂਗਾ ਜੀ ਚੱਲ ਹਾਂ ਹੋਰ ਦੱਸ ਕੀ ਕੰਮ ਸੀਗਾ ਪੈਸੇ ਚਾਹੀਦੇ ਸੀ ਮੈਨੂੰ ਲੈ ਕੱਲ ਤਾਂ ਤੈਨੂੰ ਮੈਂ ਪੈਸੇ 600-700 ਰੁਪਇਆ ਫੜਾਇਆ ਸੀਗਾ ਉਹ ਯਾਰ ਦੋਸਤ ਨੇ ਮੰਗ ਲਏ ਸੀ ਧਾਰੇ ਉਹ ਤਾਂ ਸ਼ਾਮ ਨੂੰ ਦੇ ਦੂੰਗਾ ਹੁਣ ਮੈਨੂੰ ਚਾਹੀਦੇ ਆ ਲੈ ਦੱਸ ਚੱਲ ਮੈਂ ਕੁਛ ਦੀ ਸਨੀ ਨੂੰ ਪੁੱਛ ਲੈਂਦਾ ਫਿਰ ਤੂੰ ਤੈਨੂੰ ਪਤਾ ਹੋਏਗਾ ਉਹਦੇ ਬਾਰੇ
ਮੈਂ ਨਹੀਂ ਜਾਂਦਾ ਤੂੰ ਤੈਨੂੰ ਕੀ ਕਹਿੰਦਾ ਉਹ ਪੁੱਛ ਲੈ ਮੇਰੇ ਨਾਲ ਆ ਜੇਗਾ ਮਾਂ ਨੇ ਕਿਹਾ ਹੈਗਾ ਪੈਸੇ ਦੇ ਦੇ ਤੂੰ ਆਪੀ ਲੈ ਕੇ ਦੇ ਦੇ ਮੈਨੂੰ ਮੈਂ ਨਹੀਂ ਬੋਲਦਾ ਉਹਦੇ ਨਾਲ ਕੱਲ ਤਾਂ ਹੁਣ ਲੜ ਕੇ ਆ ਟਾਈਮ ਉਹਦੇ ਨਾਲ ਹੁਣ ਪੈਸੇ ਮੰਗਣ ਲੱਗ ਜਾ ਮੈਂ ਤੂੰ ਚੱਲ ਮੈਂ ਕਰਦੀ ਆ ਇੰਤਜ਼ਾਮ ਮੈਂ ਕਹਿਣੀ ਆ ਉਹਨੂੰ ਫਿਰ ਉਹ ਤਾਂ ਤੈਨੂੰ ਜਵਾਬ ਤਾਂ ਦੇਣਾ ਨਹੀਂ ਹੈਗਾ ਇਹ ਜੀ ਕੋਈ ਗੱਲ ਨਹੀਂ ਹੈਗੀ ਉਹ ਤਾਂ ਬਿੰਦ ਝੜਦਾ ਗੁੱਸਾ ਹੁੰਦਾ ਮੜਾ ਜਾਂ ਪੁੱਛ ਲਈ ਬਾਈ ਬਾਈ ਕਹਿ ਦੀ ਦੋ ਵਾਰੀ ਇਹ ਵੱਡਾ ਭਾਈ ਆ ਤੇਰਾ ਕੋਈ ਗੱਲ ਨਹੀਂ ਬੀਬੀ ਕਿਉਂ ਤੜਕੇ ਤੜਕੇ ਮੇਰਾ ਮੂਡ ਖਰਾਬ ਕਰਦੀ ਆ ਚੱਲ ਮੈਂ ਪੁੱਛ ਦਿੰਨੀ ਆ ਮੈਂ ਚੰਗਾ ਲਿਆ ਦੇ ਹੋ ਗਿਆ ਤਿਆਰ ਹਾਂ ਮਾਂ ਹੋ ਗਿਆ ਤਿਆਰ ਅੱਛਾ ਰੋਟੀ ਰੋਟੀ ਖਾ ਲਈ ਰੋਟੀ ਬਣਾਈ ਜਾਂਦੀ ਆ ਕੰਮੋ ਚੰਨੀ ਨੇ ਆ ਕੇ ਰੋਟੀ ਮੰਗੀ ਸੀਗੀ ਤੇ ਉਹ ਤਾਂ ਉਹਨੂੰ ਰੋਜ਼ ਜਵਾਬ ਦੇਤਾ ਅਗੇ ਮੈਂ ਤਾਂ ਹਜੇ ਬਕਦੀ ਨਹੀਂ ਠਹਿਰ ਕੇ ਲਾਉਣੀ ਆ ਕੌਣ ਕਹਿੰਦਾ ਤੈਨੂੰ ਚੰਨੀ ਕਹਿੰਦਾ ਹੋਰ ਕਿਹਨੇ ਕਹਿਣਾ ਮੇਰੇ ਇੱਥੋਂ ਕੋਲੋਂ ਗਿਆ ਉਹਨੂੰ ਮੈਂ ਕਿਹਾ ਜਾ ਰੋਟੀ ਖਾ ਲਾ ਕਹਿੰਦਾ ਜਾ ਕੇ ਕੰਟੀਨ ਚੋਂ ਕੁਝ ਖਾਊਂਗਾ ਮੈਨੂੰ ਨਹੀਂ ਰੋਟੀਆਂ ਚੰਗੀਆਂ ਲੱਗਦੀਆਂ ਭਾਬੀ ਦੇ ਮੈਂ ਲਾਂਘਾਂ ਵਾਂ ਹੱਥਾਂ ਦੀਆਂ ਦੇਖ ਲਾ ਸਣੀ ਤੂੰ ਵੀ ਨਾ ਉਹਦੇ ਨਾਲ ਦਾ ਹੈਗਾ ਬਸ ਤੂੰ ਵੀ ਉਹਦੀ ਜਾੜ ਚ ਬੋਲਦਾ ਹੈ ਰੰਨ ਦੇ ਤੂੰ ਨਹੀਂ ਐ ਕਿਸੇ ਦੀ ਗੱਲ ਮਾਂ ਮੈਂ ਸੱਚ ਨੂੰ ਸੱਚ ਕਹਿਣਾ ਤੂੰ ਨਹੀਂ ਸਾਡੀ ਸੁਣਦਾ ਹੈਗਾ ਛੋਟੇ ਦੀ ਤਾਂ ਕੀ ਸੁਣਨੇ ਤੂੰ ਤਾਂ ਮਾਂ ਦੀ ਨਹੀਂ ਸੁਣਦਾ ਹੈਗਾ ਕਿਉਂ ਨਹੀਂ ਸੁਣਦਾ ਮਾਂ ਜਿੱਦਾਂ ਦੀ ਉਹ ਆਈ ਹੈ ਨਾ ਬਸ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਕਿ ਬਸ ਤੂੰ ਉਸੇ ਦੀ ਜਾੜ ਚ ਬੋਲਦਾ ਉਸੇ ਜਾੜ ਚ ਸਾਡੀ ਤਾਂ ਕਹਿਣ ਕਹਿਣ ਸੁਣਨ ਦੀ ਗੱਲ ਨਹੀਂ ਜਮੀ ਨਹੀਂ ਸੁਣਦਾ ਸਾਡੀ ਤਾਂ ਗੱਲ ਪਤਾ ਮਾਂ ਤੂੰ ਤਾਂ ਐਵੇਂ ਲੱਗੀ ਜਾਂਦੀ ਨਾਲੇ ਮੇਰੇ ਤੇ ਨਾਲੇ ਉਹਦੇ ਤੇ ਜਦੋਂ ਤੈਨੂੰ ਮੈਂ ਕਿਹਾ ਹੁਣ ਤੈਨੂੰ ਮੇਰੇ ਤੇ ਵੀ ਯਕੀਨ ਨਹੀਂ ਮੈਂ ਉਹ ਇੱਥੇ ਬਿਠਾਉਂਦਾ ਸੀ ਭਾਈ ਰੋਟੀ ਖਾ ਲਾ ਤੇਰੀ ਭਾਬੀ ਬਣਾਈ ਜਾਂਦੀ ਹੈਗੀ ਉਹਦਾ ਜਾ ਕੇ ਮੈਂ ਤਾਂ ਉਧਰ ਮੱਝਾਂ ਵਾਲੇ ਪਾਸੇ ਸੀਗੀ ਉਧਰ ਮੈਂ ਉਹਨੂੰ ਪੁੱਛਿਆ ਕਹਿੰਦਾ ਨਾ ਮਾਂ ਮੈਂ ਤਾਂ ਰੋਟੀ ਖਾਧੀ ਨਹੀਂ ਹੈਗੀ ਅਜੇ ਕੌਣ ਕਹਿੰਦਾ ਰੋਟੀ ਨਹੀਂ ਖਾਧੀ ਮੈਂ ਉਹਨੂੰ ਇੱਥੇ ਕਿਹਾ ਮੈਂ ਕਿਹਾ ਇੱਥੇ ਰੋਟੀ ਖਾ ਲਾ ਬੈ ਕੇ ਤੇਰੀ ਭਾਬੀ ਬਣਾਈ ਜਾਂਦੀ ਆ ਉਹ ਗੱਲ ਵੀ ਦੱਸੋ ਹੁਣ ਮੈਂ ਤੇਰੀ ਗੱਲ ਉਹ ਸੁਣੀ ਜਾਂਦਾ ਉੱਥੇ ਬਾਪੂ ਗੱਲ ਸੁਣਾ ਉਹ ਚੰਨੀ ਲੰਘਿਆ ਸੀ ਸੱਚੀ ਗੱਲ ਸੁਣੀ ਜਾਂਦੀ ਤਾਂ ਸੁਣੀ ਜਾਣਦੇ ਫਿਰ ਗੱਲ ਤਾਂ ਸੁਣ ਮੈਂ ਕੌੜੀ ਲੱਗਦੀ ਐ ਤੁਹਾਨੂੰ ਸਾਰਿਆਂ ਨੂੰ ਉਹ ਗੱਲ ਵੀ ਦੱਸੋ ਉੱਥੇ ਸੀ ਮੈਂ ਤਾਂ ਰੋਟੀ ਦੀ ਗੱਲ ਕਰਦੀ ਐ ਜੀ ਉਹ ਜਿਹੜਾ ਰੋਟੀ ਬਣਾਉਂਦੀ ਐ ਬਣਾਈ ਜਾਂਦੀ ਐ ਨਾ ਕੰਮ ਛੋਟੇ ਨੂੰ ਉਹ ਨਹੀਂ ਕਰ ਸਕਦੀ ਗੱਲ ਤਾਂ ਸੁਣ ਲਾ ਮੇਰੇ ਨਾਲ ਤਾਂ ਇੱਥੇ ਮੈਂ ਤਾਂ ਤੁਰਿਆ ਹੁੰਦਾ ਸੀਗਾ ਮੇਰ ਘਰ ਆਣਾ ਆ ਗਿਆ ਤਾਂ ਮੈਂ ਚੱਲ ਪਾਣੀ ਪੂਣੀ ਪੀਣ ਵਾਸਤੇ ਚੱਲ ਪਾਣੀ ਪੀ ਕੇ ਵਗਦੀ ਜਦੋਂ ਗਾਹਾਂ ਆਇਆ ਹੋਰ ਹੀ ਕਹਿੰਦਾ ਕੀ ਹੋਈ ਜਾਂਦਾ ਅੰਦਰ ਮਾਸ਼ਾ ਜਵਾਬ ਦੇ ਚੌੜ ਕਰੀ ਜਾਂਦੇ ਹੁਣ ਮੈਂ ਉਹਨੂੰ ਕੀ ਕਹਾਂ ਥੋੜੇ ਜਮਾ ਹੱਦ ਹੋਈ ਪਈ ਐ ਕਿਉਂ ਕਰਨਾ ਤੁਸੀਂ ਖਲਿਆਰ ਨਾ ਕਰਿਆ ਹੈਗਾ ਹੋਰ ਖਲਿਆਰ ਨਾ ਕੀਤਾ ਸੀ ਮਾਂ ਪੁੱਤਾਂ ਨੇ ਲਾ ਉਹਨੂੰ ਨਹੀਂ ਜਰਦੇ ਤੁਸੀਂ ਛੋਟੇ ਨੂੰ ਛੋਟੇ ਕਹਿ ਵੀ ਕੀ ਦਿੱਤਾ ਕਹਿ ਕੇ ਦਿੱਤਾ ਰੋਟੀ ਪਾਣੀ ਉਹ ਸਹੀ ਢੰਗ ਨਾਲ ਰੋਟੀ ਪਾਣੀ ਜੇ ਵਿਆਹ ਕੇ ਲਿਆਂਦੀ ਐ ਕਰਦੇ ਹੁੰਦੇ ਨੇਗੇ ਉਹ ਫਿਰ ਐਂ ਕਹਤਾ ਇਹਨਾਂ ਨੇ ਰੋਟੀ ਖਾ ਲਾ ਘਰ ਚ ਦਰਿਆਤਾ ਹੋਣ ਲੱਗ ਗਈਆਂ ਫਿਰ ਐਂ ਕਿਹਾ ਰੋਟੀ ਖਾ ਲਾ ਗਲਤ ਗੱਲ ਕਹੀ ਕੋਈ ਰੋਟੀ ਨੂੰ ਗਲਤ ਕਹਿਤਾ ਜੀ ਇਹਨਾਂ ਨੇ ਖਾਣਾ ਪਰ ਰੋਟੀ ਖਾਣਾ ਕੋਈ ਗਲਤ ਗੱਲ ਨਹੀਂ ਉਹਦਾ ਮੈਂ ਹੁਣ ਮੇਰੇ ਉਧਰ ਮੱਝਾਂ ਵੀ ਨਹੀਂ ਸੀਗੀ ਮਾਂ ਮੈਨੂੰ ਗੱਲ ਕਰਨੀ ਮੈਨੂੰ ਮੈਂ ਇੱਥੋਂ ਦੀ ਲੰਘਿਆ ਇੱਥੋਂ ਦੀ ਲੰਘਿਆ ਮੈਂ ਕਿਹਾ ਵੀ ਮਿੱਤਰਾ ਰੋਟੀ ਖਾ ਲਾ ਆ ਜਾ ਬਹਿ ਕੇ ਖਾ ਲੈਨੇ ਆ ਦੁੰਨੇ ਭਰਾ ਕਹਿੰਦਾ ਨਾ ਬਈ ਹਮ ਤੋ ਕੰਟੀਨ ਮੇਂ ਖਾਏਗੇ ਲੈ ਮੈਨੂੰ ਤਾਂ ਦੱਸੋ ਜੇ ਮੈਨੂੰ ਨਾ ਪਤਾ ਹੋਵੇ ਉਹ ਤਾਂ ਮੈਂ ਇੱਥੇ ਬਾਹਰ ਹੀ ਬੈਠਾ ਸੀ ਜਦੋਂ ਰੋਟੀ ਨੂੰ ਕਿਹਾ ਉਹਨੂੰ ਮੈਨੂੰ ਵੀ ਕਿਹਾ ਕਿ ਬਾਹਰ ਰੋਟੀ ਖਾ ਲਾ ਮੈਨੂੰ ਪੈਸੇ ਦੇ ਮੈਂ ਬਾਹਰ ਜਾਣਾ ਵਾ ਮਾਂ ਗੱਲ ਸੁਣ ਲੈ ਆ ਬੈਠਾ ਬਾਪੂ ਤੈਨੂੰ ਕੁਝ ਚਾਹੀਦਾ ਬਾਪੂ ਨੂੰ ਚਾਹੀਦਾ ਹੁਣ ਚੱਲ ਵੜੋ ਮੇਰੇ ਨਾਲ ਸ਼ਹਿਰ ਜਿਹੜਾ ਕੁਝ ਕਹੋਗੇ ਜਿਹੜੀ ਚੀਜ਼ ਨੂੰ ਹੱਥ ਲਾਉਂਗੇ ਉਹ ਦਵਾ ਲਿਓਣਾ ਨਾ ਛੋਟੇ ਲਈ ਅੱਜ ਪੈਸੇ ਆ ਨਾ ਕੱਲ ਆ ਉਹ ਵਿਗੜਦਾ ਜਾਂਦਾ ਛੋਟਾ ਕੀ ਬਾਹਰੋਂ ਆ ਗਿਆ ਇਸੇ ਘਰ ਦਾ ਪੁੱਤ ਹੈਗਾ ਉਹ ਨਾ ਫਿਰ ਆਉਦਾ ਕਮਾਲ ਏ ਮੈਂ ਤਾਂ ਹਟ ਗਿਆ ਕਾਲਜੋਂ ਮੈਂ ਵੀ ਤਾਂ ਹੋ ਗਿਆ ਹੁਣ ਹੋਇਆ ਕੀ ਨਹੀਂ ਕਰਾਈ ਤਾਂ ਜਾਨੀ ਆ ਸਾਰਾ ਕੁਛ ਨਾ ਰੋਟੀ ਨਾ ਕੁਛ ਨਹੀਂ ਆ ਕੇ ਹੋਇਆ ਕੀ ਹੈਗਾ ਰਹਿਣ ਦਿਆ ਕਰੋ ਤੁਸੀਂ ਪਲੱਸ ਟੂ ਪੜ ਕੇ ਮੈਨੂੰ ਵੀ ਤਾਂ ਨੌਕਰੀ ਮਿਲੀ ਆ ਨਾ ਆਪਦਾ ਨੌਕਰੀ ਦੇਖ ਲੈ ਕੋਈ ਨਾ ਉਹਦੇ ਲਈ ਅੱਜ ਪੈਸੇ ਨਾ ਕੱਲ ਤੇ ਨਾ ਦੇਵੇ ਬਾਪੂ ਉਹਨੂੰ ਘਰੋਂ ਬਾਹਰ ਕੱਢਦਾ ਬਸ ਕੱਢ ਦੇ ਕੱਢਣਾ ਕੱਢ ਦੇ ਜੇ ਬਾਹਲੀ ਕੋਈ ਟੈਨਸ਼ਨ ਨਾ ਨਾ ਪੈਸੇ ਕਰਨੇ ਕੀ ਹੈ ਕੀ ਕਰਦੇ ਹੁੰਦੇ ਕਾਲਜ ਜਾਂਦਾ ਹੈਗਾ ਹਜ਼ਾਰ ਕੱਢ ਲੈ ਕੇ ਗਿਆ ਉਹਨੂੰ ਲੋੜ ਨਹੀਂ ਹੈ ਕਿ ਕਾਲਜ ਜਾਣਾ ਹੈਗਾ ਉਹਨੇ ਜਵਾਬ ਦੇ ਚਾਰ ਪੈਸੇ ਜੇਬ ਚ ਹੋਣਗੇ ਯਾਰਾਂ ਮਿੱਤਰਾਂ ਚ ਖੜਦਾ ਹੈਗਾ ਦੋਸਤਾਂ ਚ ਖੜਦਾ ਹੈਗਾ ਫੇਰ ਕਹੋਂ ਗੱਲ ਕਰਦਾ ਕੱਲ ਮਿੱਥੇ ਲੈ ਗਿਆ ਸੀ 5000 ਹੈ ਲੈ ਤੇ ਹੋਰ ਕੱਲ ਮੈਂ ਮਿੱਥੇ ਲੈ ਗਿਆ 5000 ਕਹਿੰਦਾ ਮੈਂ ਲੋੜਾਂ ਫੀਸ ਭਰਨੀ ਹੈ ਨਾ ਤਾਂ ਬੋਲ ਬੇਬੇ ਹੁਣ ਕਿੱਥੇ ਖਰਚੇ ਆ ਉਹਨੇ ਫੀਸ ਤਾਂ 10 ਦਿਨ ਪਹਿਲਾਂ ਉਹਦੀ ਮੈਂ ਭਰ ਕੇ ਆ ਕਾਲਜ ਜਾ ਕੇ ਤਾਂ ਮੈਨੂੰ ਤਾਂ ਤੂੰ ਦੱਸਿਆ ਨਹੀਂ ਤੂੰ ਹੁਣ ਇਹਨਾਂ ਦੇ ਜਾਣ ਕੇ ਸਾਹਮਣੇ ਭੰਡੀ ਕਰਦਾ ਛੋਟੇ ਦੀ ਭੰਡੀ ਨਹੀਂ ਕਰਦਾ ਭੰਡੀ ਕਰਦਾ ਉਹ ਭੰਡੀ ਵਾਲੀ ਗੱਲ ਨਹੀਂ ਫਿਰ ਉਹ ਗੱਲ 'ਚ ਗੱਲ ਕਹੀ ਜਾਂਦੀ ਮੈਂ ਦੱਸਦਾ ਕਿਸੇ ਨੂੰ ਨਹੀਂ ਹੁੰਦਾ ਮੈਂ 20 ਵਾਰੀ ਦਿੱਤੇ ਇਹਨੂੰ ਅੱਜ ਤੋਂ 4 ਦਿਨ ਪਹਿਲਾਂ ਵੀ ਲਿਖੇ 10000 ਰੁਪਇਆ ਮੈਂ ਚੱਲ ਲੋਡ ਹੋਊਗੀ ਮੁੰਡਾ ਮੁੰਡਾ ਕਰਦਾ ਸਾਰੇ ਇੱਕਾ ਕਰ ਲਓ ਤੁਸੀਂ ਮੇਰੇ ਤਾਂ ਪੁੱਤ ਤੇ ਮੱਚਦੇ ਹੋ ਤੁਸੀਂ ਤੂੰ ਵੀ ਲੱਗ ਗਿਆ ਮੱਚਣ ਤੈਨੂੰ ਵੀ ਨਹੀਂ ਆਇਆ ਉਹਦੀ ਵੀ ਛੋਟਾ ਉਹ ਵੀ ਉਹਦਾ ਵੀ ਕੁਝ ਕਰਨਾ ਮੈਨੂੰ ਨਾ ਤੂੰ ਮੈਨੂੰ ਨਾ ਖਸੋਨ ਖਾਏਂਗੇ ਮੈਥੋਂ ਮੈਂ ਕਹੀ ਨਾ ਗੱਲ ਸੁਣਦੀ ਨਹੀਂ ਉਹ ਬਾਪੂ ਤੁਸੀਂ ਨਾ ਲੜ ਪਿਓ ਉਹ ਲੜਨ ਗਏ ਮੈਂ ਜਾਵੜਾਂ ਨਾ ਤੂੰ ਹੋਰ ਨਾ ਗੱਲ ਮੈਂ ਮੇਜਾ ਬੰਦੂਆ ਮੇਜਾ ਗੱਲ ਨਹੀਂ ਸੁਣਦੀ ਮੈਂ ਡਿਊਟੀ ਤੇ ਵਗ ਜਾਣ ਦੋ ਮੈਨੂੰ ਜਿਵੇਂ ਮਰਜ਼ੀ ਲੜੀ ਜਾਏ ਅਮੋ ਮੈਨੂੰ ਟੀ ਭੰਦੇ ਆ ਕੇ ਡੈਡੀ ਐਵੇਂ ਨਾ ਬੋਲੀਓ ਰੋਟੀ ਖਾ ਲਓ ਆਪ ਭਾਈ ਮੇਰੀ ਗੱਲ ਸੁਣੋ ਉਹ ਪੈਸੇ
ਮੇਰੇ ਕੋ 500 ਦੇ ਦੇ ਚੱਲ ਕੋਈ ਉਹ ਤਾਂ ਡੈਡੀ ਚੱਲ ਗਿਆ ਮੇਰੀ ਗੱਲ ਸੁਣ ਤੇਰੇ ਕੋਲ ਕਿਹਾ ਹੀ ਨਹੀਂਗਾ ਉਹਦੇ ਕੋਲ ਤਾਂ ਮੰਗਦੇ ਉਹਨਾਂ ਨੇ ਮੈਨੂੰ ਮੋਹ ਹੀ ਹੱਥ ਅੱਡਾ ਹਾਏ ਰੱਬਾ ਮੇਰੇ ਮੰਮੀ ਉਹ ਵੀ ਤਾਂ ਤੁਸੀਂ ਹੀ ਫੜਾਇਆ ਮੈਨੂੰ ਮੈਂ ਦੇ ਦੇਣਾ ਚੱਲ ਕੋਈ ਦੇ ਦੇ ਭਾਈ ਪੁੱਤ 500 ਦੇ ਦੇ ਚੱਲ 1000 ਨਹੀਂ ਪਰ ਟੁੱਟੇ ਦਾ ਚੱਲ ਦੋ ਦੇ 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 2000 ਕੱਢ ਕੇ ਦੇ ਚੰਨੀ ਨੂੰ ਫੜਾਓ ਉਹਨੂੰ ਲੋੜ ਆ ਗਈ ਮੈਂ ਕੀ ਕਰਾਂ ਮੈਂ ਤਾਂ ਘਰੇ ਕੰਮ ਕਰੀ ਜਾਂਦੀ ਹੈਗੀ ਮੇਰੀ ਗੱਲ ਸੁਣ ਹਾਂ ਸੁਣੀ ਜਾਂਦੀ ਹੈ ਤੇਰੀਆਂ ਗੱਲਾਂ ਤੂੰ ਤਾਂ ਵਾ ਇਦਾਂ ਨੂੰ ਮੂੰਹ ਕਰ ਲਾ ਜੇ ਜੇਠ ਨਹੀਂ ਲਾਦਾ ਤੇਰਾ ਮੈਂ ਮੇਰੀ ਗੱਲ ਸੁਣ ਉਹ ਨਾ ਮੈਥੋਂ ਚੁੱਪ ਕਰਕੇ ਨਾ ਪਹਿਲਾਂ ਮੈਂ ਤਾਂ 10000 ਲੈ ਕੇ ਮੈਂ 5 ਕੇ ਆਇਆ ਨਾ ਅੱਜ ਪੈਸੇ ਦੇ ਦੇ ਮੈਂ ਇਦੋਂ ਬਾਅਦ ਮੈਂ ਤੇਰੇ ਮੇਰੇ ਤੋਂ ਪੈਸੇ ਨਾ ਮੰਗਿਓ ਚੰਨੀ ਦੇ ਦੇਖ ਲਾ ਕਿਵੇਂ ਸਿੜਦਾਗਾ ਤੇਰਾ ਚਮੜਾਇਆ ਹੋਇਆ ਏ ਓਹੋ ਇਹ ਗੱਲ ਤੋਂ ਸੁਣ ਲੈ ਕੱਲ ਮੈਂ ਤੋਂ 10 ਲੈ ਕੇ ਗਿਆ ਜੀ ਉਹ ਤੇ ਇਹਨਾਂ ਕੋਲ 5 ਕੇ ਕੋਈ ਨਾ ਮੈਂ ਪੁੱਛਦੀ ਆ ਉਹਨੂੰ ਵੀ ਚੱਲ ਕੋਈ ਨਾ ਵੀ ਪੁੱਛ ਕੀ ਕਰੇਗਾ ਹਾਂ ਪੁੱਛ ਲੂ ਉਹਨੂੰ ਵੀ ਫਿਰ ਤੂੰ ਵੀ ਦੱਸ ਦੇ ਉਹਦੀ ਮੈਂ ਤਾਂ ਕਹੀ ਕਿੰਨੀ ਕਰਾਈ ਇਹਨੇ ਵੀ ਦੱਸ ਉਹਨੇ ਕੀ ਕਰਨਾ ਹੈਗਾ 10 ਕੱਲ ਲੈ ਗਏ ਪਰਸੋਂ ਲੈ ਕੇ ਗਿਆ ਜਾ ਕੇ ਜਿਹੜੇ ਇਹ ਉਮਰ ਦੇ ਹੁੰਦੇ ਨੇ ਪਾਰਟੀਆਂ ਛੱਡ ਕੇ ਕਰ ਲੈਂਦੇ ਨੇ ਤੂੰ 4 ਦਿਨ ਪਹਿਲਾਂ 30000 ਲੈ ਕੇ ਗਿਆ ਸੀਗਾ ਮੈਨੂੰ ਪਤਾ ਮੈਂ ਇੱਥੋਂ ਮੋਟਰਸਾਈਕਲ ਵੱਜਿਆ ਕਿ ਇਹ ਓਏ ਤੂੰ ਰਹਿਣ ਦੇ ਤੂੰ ਨਾ 30000 ਨਾ ਤੂੰ ਐਵੇਂ ਕਹੀ ਜਾਂਦਾ ਮੈਨੂੰ ਤਾਂ ਲੱਗ ਤੂੰ ਐਡੇ ਕਮਲਾਗਾ ਤੂੰ ਵੀ 30000 ਉਹਦਾ ਚੱਕ ਕੇ ਫੜਾਤਾ ਬਈ ਕਹਿੰਦਾ ਮੇਰੇ ਕੇਸ ਪੈਂਦਾ ਉਹਦਾ ਮੈਥੋਂ ਮੰਗਦਾ 25 ਜਵਾਕ ਗੱਲ ਨਹੀਂ ਸੁਣਦੀ ਕਹਿੰਦਾ ਬਾਪੂ ਮੇਰੇ ਤਾਂ ਕੇਸ ਪੈਂਦਾਗਾ ਮੇਰੀ ਸਾਰੀ ਜ਼ਿੰਦਗੀ ਖਰਾਬ ਹੋ ਜਾਊਗਾ ਮੇਰਾ ਇਨਸੀਡੈਂਟ ਹੋ ਗਿਆ ਉਹਦਾ ਤਾਂ ਗੱਲਾਂ ਨਹੀਂ ਸਮਝਦੀ ਆ ਤੇ ਹੋਰ ਹੀ ਘਰੇ ਵੱਜਿਆ ਮੈਂ ਚਾਹੀ ਮੇਰੇ ਕੇਸ ਪੈ ਜ਼ਿੰਦਗੀ ਖਰਾਬ ਹੋ ਜਾਊ ਆ ਮੈਂ ਜੀ ਮਾਰੂੰਗਾ ਮੈਂ ਤਾਂ ਡੱਡੇ ਪੱਟ ਦੇ ਰੱਖੀ ਬੈਠਾ ਮੈਂ ਤਾਂ ਜਵਾਕ ਨੂੰ ਕਾਲ ਦੇ ਤੋੜ ਦੇ ਤੂੰ ਤਾਂ ਮਾਰੀ ਜਾਏਗਾ ਪਕਾਈ ਓ ਹਾਜਮਾ ਦਾ ਮੇਰੇ ਦੇਖੋ ਇਹ ਬੁੜੀ ਦਾ ਗੱਲ ਰੱਖ ਲੈਂਦੀ ਬੰਦਾ ਐਡੇ ਐਡੇ ਹਾਜਮੇ ਰੱਖੀ ਬੈਠਾ ਤਾਂ ਗੱਲ ਜਾਂ ਜਿੱਤੇ ਨਹੀਂ ਮੈਂ ਫਿਰ ਵੀ ਸਭ ਸਬਰ ਕਰ ਰੱਖੀ ਬੈਠਾ ਹੋਗਾ ਹੁਣ ਤਾਂ ਮੈਨੂੰ ਵੀ ਸ਼ੱਕ ਹੋਣ ਲੱਗ ਗਿਆ ਵੀ ਉਹ ਕੁਛ ਕਰੀ ਜਾਂਦਾਗਾ ਤੇ ਇੰਨੇ ਨੇ ਪੈਸੇ ਮੈਂ ਦੇਖੂੰਗੀ ਤਾਂ ਇਨਸੀਡੈਂਟ ਹੋਇਆ ਤੇ ਮੈਂ ਜਾ ਕੇ ਪੁੱਛੂ ਕਾਲਜ ਦਾ ਇਨਸੀਡੈਂਟ ਹੋਇਆ ਸੀ ਉਹੀ ਕਹੀ ਜਾਂਦੇ ਤੇ ਉਹੀ ਤਾਂ ਰੋਜ਼ ਇਨਸੀਡੈਂਟ ਕਰ ਲੈਂਦਾ ਉਹਦਾ ਮੈਂ ਤਾਂ ਬੰਦਾ ਮਾਰ ਗਿਆ ਸੀ ਹਸਪਤਾਲ 'ਚ ਪਿਆ ਮੈਂ ਤਾਂ ਇਲਾਜ ਕਰਾਉਣਾਗਾ ਤੂੰ ਹੋਰ ਹੀ ਮਾਰੀ ਜਾਂਦੀ ਹੈ ਪਤਾ ਨਹੀਂ ਬਾਈ ਹੋਊਗਾ ਤੇ ਨਾ ਯਾਰ ਆਏ ਪੜਗਟ ਕੀ ਹਾਲ ਆ ਬਾਈ ਉਹ ਠੀਕ ਹੈ ਹੋਰ ਫਿਰ ਬਤਾ ਠੀਕ ਹੈ ਬਹਿ ਜਾ ਤੈਨੂੰ ਕਿੰਨੇ ਵਾਰ ਸਮਝਾਇਆਗਾ ਪਹਿਲਾਂ ਵੀ ਇੱਥੇ ਨਾ ਆਇਆ ਕਰ ਬਾੜੇ ਚ ਆਇਆ ਕਰ ਤੂੰ ਬਾਹਰ ਬੈਠ ਤਾਂ ਜਾਂਦਾ ਕੋਈ ਗੱਲ ਨਹੀਂ ਉਹ ਵੀ ਹੁਣ ਮੈਂ ਉੱਥੇ ਨਹੀਂ ਸੀਗਾ ਤੂੰ ਇੱਧਰ ਆ ਗਿਆ ਓਏ ਇੱਥੇ ਤਾਂ ਮੇਰੇ ਦਾ ਨਾ ਸ਼ੱਕ ਉਹੀ ਬੜਾ ਕਰਦੇ ਨੇ ਗੇੜੇ ਮਾਰਦੀ ਫਿਰਦੇ ਰਹਿੰਦੇ ਕੋਈ ਨਾ ਕੋਈ ਬੰਦਾ ਇੱਥੇ ਚੱਲ ਕੋਈ ਗੱਲ ਲੱਗੀ ਤਾਂ ਉੱਧਰ ਆਇਆ ਕਰੂੰਗਾ ਆਹ 2500 ਸਮਾਨ ਦੇ ਬਈ ਮੈਂ ਬਹੁਤ ਤੰਗ ਆ ਯਾਰ ਓਏ ਸਮਾਨ ਤਾਂ ਤੈਨੂੰ ਦੇ ਦਿੰਨੇ ਆ ਤੂੰ ਕੋਈ ਹੋਰ ਵੀ ਸ਼ਿਕਾਰ ਲੱਭ ਲਾ ਲੱਭਣ ਦੀ ਗੱਲ ਕਰ ਤੂੰ ਪਿਆਰ ਪਿਆ ਉਹ ਆਏ ਆ ਨਾਲੇ 4 ਰੁਪਏ ਤੂੰ ਕਮਾ ਲਿਆ ਕਰੇਗਾ ਨਾਲੇ ਕਮਾ ਦਿਆ ਕਰੇਗਾ ਮੈਨੂੰ ਪਤਾ ਕਰ ਤੇਰੀ ਠੀਕ ਆ ਨਵਾਂ ਸ਼ਿਕਾਰ ਭਾਲ ਹੁਣ ਤੂੰ ਕੋਈ ਉਹ ਤਾਏ ਦਾ ਮੁੰਡਾ ਕਿਵੇਂ ਮੇਰੇ ਦਾ ਚੰਨੀ ਹੋਰ ਇਦੂ ਚੰਗਾ ਕੀ ਚਾਹੀਦਾ ਆਪਾਂ ਨੂੰ ਚੰਗੀ ਜ਼ਮੀਨ ਜਾਇਦਾਦ ਉਹਨਾਂ ਕੋਲੇ ਮੈਂ ਤਾਂ 4-5 ਵਾਰੀ ਉਹਨੂੰ ਫ੍ਰੀ ਚ ਵੀ ਲਵਾ ਦੂੰਗਾ ਸਮਾਨ ਤੂੰ ਕਿਹੜਾ ਲਿਆ ਸਹੀ ਉਹਨੂੰ ਠੀਕ ਆ ਉਹ ਵੀ ਬੜਾ ਵੜਕਦਾ ਸੀ ਵੱਡਾ ਉਹਨਾਂ ਦਾ ਕਿਹੜਾ ਉਹ ਸਣੀ ਹਾਂ ਸਣੀ ਨਾਲ ਤਾਂ ਮੇਰੀ ਵੀ ਕਰੋੜ ਹੈਗੀ ਹੈਗੀ ਕੱਢਣਾ ਉਹਦੇ ਵਾਲਾ ਕੰਡਾ ਵੀ ਮੈਂ ਬਲਾ ਹੱਥ ਫਿਰ ਦੁਸ਼ਮਣ ਦੁਸ਼ਮਣ ਦੋਸਤ ਫਿਰ ਤਾਂ ਤੂੰ ਛੇਤੀ ਬੁਲਾ ਉਹਨੂੰ ਮਹਾ ਹੱਥ ਨਹੀਂ ਲੈ ਆਪਾਂ ਤਾਂ ਜਿੰਨਾ ਟਾਈਮ ਲੱਗਦਾ ਨਹੀਂ ਨਾ ਉਹ ਚੰਗੀ ਤਰ੍ਹਾਂ ਫ੍ਰੀ ਚ ਲਵਾ ਦਿਆਂਗੇ ਉਹਨਾਂ ਟਾਈਮ ਸਮਾਨ ਉਹਨੂੰ ਬਸ ਠੀਕ ਆ ਤਾਂ ਮੇਰਾ ਖਿਆਲ ਰੱਖੇ ਬਾਈ ਬਣਾ ਲੈ ਫੜ ਉਹ ਤੇਰਾ ਖਿਆਲ ਤਾਂ ਰੱਖੂਗਾ ਬੈਠ ਤੂੰ ਤੈਨੂੰ ਲਿਆ ਕੇ ਦਿੰਦਾ ਮੈਂ ਜਾ ਉਹ ਗੱਲ ਮੇਰੀ ਯਾਦ ਰੱਖੀ ਮਾਂ ਬੇਫਿਕਰ ਹੋਇਆ ਬੰਦਾ ਉਹ 1-2 ਦਿਨਾਂ ਚ ਹੀ ਲਿਆ ਤੂੰ ਸਮਾਨ ਹਜੇ ਮੇਰੇ ਕੋਲੇ ਵੀ ਪਿਆ ਹੈਗਾ ਤੈਨੂੰ ਤਾਂ ਮਨ ਬਸਦਾ ਉੱਥੇ ਦੀ ਮੈਂ ਧਿਆਨ ਹੁਣ ਮੇਰਾ ਠੀਕ ਹੈ ਬਾਈ ਲੈ ਹੁਣ ਆਊ ਇਹ ਵੀ ਸਣੀ ਵੀ ਜਾੜ ਥੱਲੇ ਜਦੋਂ ਇਹਦਾ ਭਰਾ ਲੱਗਿਆ ਆ ਲੈ ਫੜ ਵੇ ਮਾਂ ਇੰਨਾ ਨਾ ਟਾਈਮ ਮੇਰੀ ਗੱਲ ਸੁਣ ਲਾ ਉੱਥੇ ਤੇਰਾ ਪਿਓ ਆ ਗਿਆ ਉਹ ਤਾਂ ਕਹਿੰਦਾ ਤੂੰ 30000 ਲੈ ਕੇ ਗਿਆਗਾ 30000 ਕਾਹਦੇ ਵਾਸਤੇ ਲੈ ਕੇ ਗਿਆਗਾ ਉਹ ਤੈਨੂੰ ਪਤਾ ਮਜ਼ਾਕ ਤੇ ਕਰਦਾ ਉਹ ਬੇ ਇੰਨਾ ਨਾ ਲੜੋ ਲੜਾਈ ਹੋ ਗਏ ਵੀ ਉੱਥੇ ਤੇਰੇ ਪਿੱਛੇ ਮੈਂ ਮੇਰੀ ਗੱਲ ਸੁਣ ਲਾ ਤੂੰ ਵੀ ਮਾੜਾ ਜਿਹਾ ਦੇਖ ਕੇ ਉਹ ਕਰਿਆ ਕਰ ਖਰਚੇ ਵਰਚੇ ਮਾਂ ਮੈਂ ਕੋਈ ਮੈਂ ਤਾਂ ਤੇਰੇ ਨਾਲ ਦੀ ਆ ਮੈਨੂੰ ਤਾਂ ਤੂੰ ਲਾਡ ਲੈਗਾ ਮਾਂ ਹੁਣ ਟਿਊਸ਼ਨ ਦੀ ਫੀਸ ਦੇਣੀ ਆ ਮੈਂ ਉਹ 5000 ਰੁਪਇਆ ਫੜਿਆ ਜਦ ਬਾਪੂ ਤੋਂ ਟਿਊਸ਼ਨ ਦੀ ਫੀਸ ਦਿੱਤੀ ਸੀ ਮੇਰੀ ਗੱਲ ਸੁਣ ਲਾ ਹੋਰ ਨਾ ਕਿਤੇ ਖੂਹ ਖਾਤਾ ਪੱਟੀ ਜਾਈ ਬਾਹਰੇ ਬਾਹਰ ਖਾਣ ਪੀਣ ਦਾ ਬੇਬੇ ਮੈਂ ਤਾਂ ਡਰ ਲੱਗਦਾ ਅੱਜ ਕੱਲ ਮੈਂ ਤੈਨੂੰ ਦੱਸਾਂ ਮੈਂ ਖਾ ਕੇ ਆਉਣਾ ਤੇਰੇ ਕੋਲੇ ਹੀ ਆਉਣਾ ਜੇ ਕੋਈ ਨਸ਼ਾ ਕਰਦਾ ਵਾ ਫੇਰ ਤਾਂ ਹੋਵੇ ਉਹ ਤਾਂ ਉਹੀ ਲੱਗੀ ਜਾਂਦਾ ਰਹਿੰਦਾ ਮੈਂ ਤਾਂ ਤੇ ਹਰ ਪੱਖੋਂ ਤੇਰੀ ਸੌਂ ਦਿੰਨੀ ਆ ਸਾਰੇ ਟੱਬਰ ਲੱਗਦਾਗਾ ਫਿਰ ਸਨੀ ਤੋਂ ਅੱਡ ਸੁਣਨੀਆਂ ਪੈਂਦੀਆਂ ਨੇ ਮੈਨੂੰ ਤੇਰੇ ਪਿਓ ਤੋਂ ਅੱਡ ਸੁਣਨੀਆਂ ਪੈਂਦੀਆਂ ਨੇ ਮਾੜਾ ਮਟਾ ਸੋਚ ਲਿਆ ਕਰ ਤੂੰ ਵੀ ਬਾਪੂ ਤੈਨੂੰ ਪਤਾ ਤਾਂ ਹੈਗਾ ਮਜ਼ਾਕ ਹੀ ਆ
ਮੈਨੂੰ ਨਹੀਂ ਪਤਾ ਉਹ ਤਾਂ ਕਹਿੰਦਾ ਲੈ ਕੇ ਗਿਆ ਪੈਸੇ ਮੈਂ ਤੁਹਾਨੂੰ ਸੀਰੀਅਸ ਲੈ ਉਹਦੀ ਨਾਲ ਗੱਲ ਸੀਰੀਅਸ ਲੈ ਕਰੋ ਉਹ ਐ ਇੱਕ ਕੰਨ ਸੁਣਿਆ ਕਿ ਦੂਜੀ ਕੱਢ ਦੇ ਕਰ ਉਹਦੇ ਨਾਲ ਸੁਣਿਆ ਕਰ ਸਣੀ ਤੇ ਤੈਨੂੰ ਸੁਣਾਉਂਦਾ ਇਹਨੂੰ ਅੱਡ ਕਰ ਦੇਵਾਂ ਵਧੀਆ ਰਹਾਂਗੇ ਆਪਾਂ ਹੁਣ ਤੂੰ ਸੁਣ ਕੇ ਘੰਟਾ ਹੋ ਗਿਆ ਮੈਨੂੰ ਇੱਥੇ ਖੜੇ ਨੂੰ ਮੇਰੀ ਬੱਸ ਵੀ ਨਘਾਤੀ ਨਾ ਤੁਸੀਂ ਮੈਨੂੰ ਬੁਲਟ ਲੈ ਕੇ ਦਿੰਦੇ ਹੋ ਚੱਲ ਉਹ ਵੀ ਕਰ ਲਾਂਗੇ ਹਾਲੇ ਜਾ ਤੂੰ ਅੱਜ ਇੰਨੇ ਇੰਨੇ ਪੈਸੇ ਕਿੱਧਰ ਲੈ ਕੇ ਜਾਂਦਾ ਮੈਨੂੰ ਤਾਂ ਆਪ ਫਿਕਰ ਹੋਇਆ ਪਿਆ ਗਿਆ ਕੱਲ ਨੂੰ ਸੁਣ ਮੇਰੀ ਉਹ ਕਿੱਧਰ ਭੱਗ ਲੈ ਮੈਂ ਗਿਆ ਗਿਆ ਉਹਦਾ ਕੱਲ ਮੂੰਹ ਤੇ ਕਰਾਉਂਦਾ ਹੁਣ ਫਿਰ ਭੱਗ ਗਿਆ ਉਹ ਮੂੰਹ ਤੇ ਕਰਾਉਣ ਵਾਲੀ ਕੀ ਗੱਲ ਹੈ ਘਰ ਦਾ ਜਵਾਕ ਹੈਗਾ ਹੁਣ ਕੋਈ ਬਗਾਨਾ ਹੈਗਾ ਉਹ 30,000 ਤੂੰ ਕਹਿੰਦੇ ਲੈ ਕੇ ਗਿਆ ਨਾ ਮੈਂ ਮੂੰਹ ਤੇ ਪੁੱਛਦਾ ਉਹ ਤਾਂ ਕਹਿੰਦਾ ਕੋਈ ਨਹੀਂ ਡੈਡੀ ਮਜ਼ਾਕ ਕਰਦਾ ਹੈਗਾ ਮਜ਼ਾਕ ਮਜ਼ੂਕ ਨਹੀਂ ਕਰਦਾ ਮੈਂ ਗੱਲ ਕਰਾਉਂ ਮੂੰਹ ਤੇ ਮੈਂ ਹਟਣ ਵਾਲੀ ਮੈਂ ਦਿੱਤੇ ਮੈਂ ਕਹਦਾ ਮਜ਼ਾਕ ਬਸ ਬਸ ਤੂੰ ਵੀ ਜਵਾਕਾਂ ਚ ਨਾ ਤੂੰ ਵੀ ਉਹ ਕਰਦਾ ਇੱਕ ਤੂੰ ਸਿਰੇ ਚੜਾਈ ਜਾਂਦਾ ਛੋਟੇ ਨੂੰ ਤੂੰ ਉਹ ਕਰਦਾ ਹੈਗਾ ਮੈਂ ਤੈਨੂੰ ਬਾਰੀ ਬਾਰੀ ਕਹਦਾ ਤੂੰ ਮੈਨੂੰ ਕਿਥੋਂ ਨਖਾਏਂਗੀ ਵੇ ਤੈਨੂੰ ਦੱਸੀ ਗੱਲ ਤੂੰ ਮੇਰੇ ਤੇ ਮੇਰੀ ਗੱਲ ਮੰਨਦੇ ਉਹ ਸਾਰੇ ਟੱਪਰ ਨੂੰ ਪਿੱਛੇ ਪਾਈ ਜਾਂਦੇ ਕੱਲੇ ਉਹਦੀ ਮੰਨੀ ਜਾਂਦੀ ਆ ਇਹ ਤੇਰੀ ਤੈਨੂੰ ਕੀ ਹੋਇਆ ਮੈਂ ਕਹਣਾ ਮੈਂ ਕਮਲਾਂਗਾ ਆ ਦਾੜੀ ਵੀ ਹਵਾ ਨਾਲ ਆ ਗਈ ਹਵਾ ਸਿੱਟ ਤਾਂ ਉਹ ਤੂੰ ਸਿੱਟ ਰੱਖਿਆਗਾ ਉਹਦੇ ਗੱਲ ਹੀ ਨਹੀਂ ਸੁਣਦਾ ਜਵਾਕ ਦੀ ਛੋਟੇ ਦੀ ਜਦੋਂ ਦਿੱਤਾ ਨੂੰ ਮੈਂ ਮੰਨ ਲਿਆ ਕਰ ਹੱਦ ਹੋ ਗਈ ਇਹਦੀ ਮੇਰੀਆਂ ਅੱਖਾਂ ਸਾਹਮਣੇ ਦਿੱਤਾ ਮੈਂ ਨਹੀਂ ਮੰਨਦੀ ਹੈਗੀ ਜਾ ਪਰਾ ਇੰਨੀ ਦਾ ਟਾਈਮ ਹੋਇਆ ਪਿਆ ਫੋਨ ਲਾਈਏ ਬੈਣ ਆਉਣ ਵਾਲਾ ਹੈਲੋ ਹੈਲੋ ਹਾਂ ਬਾਈ ਬਾਈ ਜੀ ਕੀ ਹਾਲ ਨੇ ਹਾਂ ਬਾਈ ਯਾਰ ਉਹਦਾ ਚੰਨੀ ਦਾ ਟਾਈਮ ਹੋਇਆ ਪਿਆ ਆਉਣ ਵਾਲਾ ਆ ਜਾ ਗਲੇ 'ਚ ਉੱਥੇ ਬੈਠਾ ਮੈਂ ਮੂਹਰੇ ਗੇਟ 'ਤੇ ਹਾਂ ਯਾਰ ਹੁਣੇ ਐਸਾ ਆਉਣ ਵਾਲੀ ਉਹ ਵੀ ਠੀਕ ਆ ਠੀਕ ਆ ਜਾ ਚੱਲ ਦੋਨੇ ਕੰਮ ਹੀ ਹੋਣਗੇ ਅੱਜ ਉਹ ਕਿਵੇਂ ਆ ਵਧੀਆ ਵਧੀਆ ਹੋਰ ਤੈਨੂੰ ਕੀ ਹਾਲ ਆ ਉਹ ਠੀਕ ਠਾਕ ਕਿੰਨੇ ਦਿਨ ਹੋ ਗਏ ਪੈਸੇ ਦੇ ਦੇ ਮੇਰੇ 400 ਰੁਪਏ ਆਉਣ ਉਹ ਬਾਈ ਯਾਰ ਮੈਂ ਗਿਆ ਵਾ ਸੀ ਬਾਹਰ ਨੂੰ ਪਤਾ ਪੈਣਾ ਚਾਹੀਦੀ ਸੀਗਾ ਇਹਨਾਂ ਦੇ ਜਾਂਦਾ ਮੈਂ ਬਾਜਾ ਹੋਰ ਸਭੀ ਹਾਲ ਚਾਲ ਉਹ ਯਾਰ ਮੇਰੇ ਘਰੇ ਤੂੰ ਲੜਾਈ ਪਵਾਈ ਜਾਂਦਾ ਕੱਲ ਪੈਸੇ ਦਿੱਤੇ ਤੈਨੂੰ ਵੀ ਪਰਸੋਂ ਚੌਥੇ ਕਿੰਨੇ ਦਿਨ ਹੋ ਗਏ ਪਰ ਉਹ ਇਹਦਾ ਮੰਗਦਾ ਕਿਵੇਂ ਲਾ ਲੈਣਾ 400 ਰੁਪਏ ਦੇ ਬਈ ਕਿਵੇਂ ਮਰਜ਼ੀ ਕਰਕੇ ਕੋਈ ਗੱਲ ਨਹੀਂ ਦੇ ਦਿੰਦੇ ਹੁਣ ਸੁਣਾ ਗੱਲ ਬਾ ਠੀਕ ਆ ਮੂੰ ਮੈਂ ਤਾਂ ਠੀਕ ਹਾਂ ਮੈਂ ਕਾਲ ਜਾਂਦਾ ਵੀ ਲੇਟ ਹੋਇਆ ਭਰਾਵਣ ਕਿਤੇ ਆ ਬਾਈ ਨੂੰ ਮਿਲਾ ਹੋਰ ਬਾਈ ਕਿਵੇਂ ਠੀਕ ਹੈ ਠੀਕ ਇਹ ਮੁੰਡਾ ਉਹ ਹਾਂ ਇਹ ਮੁੰਡਾ ਆਪਣਾ ਅੱਛਾ ਹੋਰ ਵਧੀਆ ਵਧੀਆ ਬਾਈ ਵਧੀਆ ਪੂਰਾ ਵਧੀਆ ਤੂੰ ਸੁਣਾ ਬਾਈ ਠੀਕ ਹੈ ਕੀ ਕਰਦਾ ਉਹਨਾਂ ਦਾ ਕੀ ਕਰਨਾ ਕਾਲ ਜਾਂਦੇ ਯਾਰ ਬਸ ਅੱਛਾ ਇੱਕ ਸਾਲ ਰਹਿ ਗਿਆ ਆਪਾਂ ਦਾ ਚੱਲ ਚੰਗੀ ਗੱਲ ਹੈ ਕਰ ਲੈ ਪੜਾਈ ਹਾਂ ਹੋਰ ਕੋਈ ਚੀਜ਼ ਵਕਤ ਦੀ ਲੋੜ ਪਈ ਚ ਕੀ ਨਾ 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 ਕੋਈ ਗੱਲ ਨਹੀਂ ਬਾਈ ਦੱਸ ਦੂੰਗਾ ਕਦੋਂ ਮਰਜ਼ੀ ਤੇਰੇ ਕਾਲਜ ਚ ਵੀ ਬਹੁਤ ਜਾਣ ਪਛਾਣ ਆਪਣੀ ਹੈਗੀ ਆ ਬਾਈ ਹਾਂ ਕੋਈ ਗੱਲ ਨਹੀਂ ਭਰਾ ਕੋਈ ਚੀਜ਼ ਦੀ ਲੋੜ ਪੈਂਦੀ ਹੈ ਨਾ ਇਹਨੂੰ ਚੰਗਾ ਮੈਂ ਜਾਣਾ ਬਈ ਯਾਰ ਉਹ ਸਾਡੇ ਵਾਲਾ ਆਈ ਜਾਂਦਾ ਯਾਰ ਕੋਈ ਗੱਲ ਨਹੀਂ ਤਾਂ ਕਰ ਦੂੰ ਹਲ ਚੰਗਾ ਮੈਂ ਚੰਗਾ ਚੰਗਾ ਚੱਲ ਮੈਂ ਵੀ ਜਾਣਾ ਠੀਕ ਹੈ ਉਹ ਚੰਨੀ ਉਰੇ ਆ ਇੱਧਰ ਮੁੜਿਆ ਮੈਂ ਤੈਨੂੰ ਕਿੰਨੇ ਵਾਰੀ ਸਮਝਾਇਆ ਸੀ ਇੱਥੇ ਪ੍ਰਗਟ ਨਾਲ ਕਿਹਨੇ ਮਿਲਾਇਆ ਸੀ ਇਹਨੂੰ ਵੀਰੇ ਮੈਂ ਨਹੀਂ ਖੜਾ ਇਹ ਆਪ ਖੜਾ ਸਾਡੇ ਕੋਲੇ ਬਾਈ ਮੈਂ ਤਾਂ ਪੈਸੇ ਲੈਣੇ 400 ਰੁਪਇਆ ਮੈਂ ਤਾਂ ਖੜ ਗਿਆ ਪੈਸੇ ਨੂੰ ਤੂੰ ਪ੍ਰਗਟ ਕੋਲੇ ਕੀ ਕਰਦਾ ਸੀ ਜਾਣਦਾ ਤੂੰ ਉਹ ਬਾਈ ਮੈਂ ਜਾਂਦਾ ਜਾਂਦਾ ਖੜ ਗਿਆ ਯਾਰ ਤੂੰ ਇਹ ਦੁਆ ਰਲਿਆ ਨਾ ਉਹਨਾਂ ਤੰਗਾ ਹੱਡੀਆਂ ਤੋੜ ਦੂੰਗਾ ਇਤੋਂ ਬਾਅਦ ਤੈਨੂੰ ਦੱਸਤਾ ਇਤੋਂ ਬਾਅਦ ਇੱਥੇ ਮੈਨੂੰ ਨੇੜੇ ਤੇੜੇ ਵੀ ਦੇਖਾਂਗੇ ਨਾ ਸਾਡੇ ਘਰ ਦੇ ਜ਼ਰੂਰ ਕੱਢ ਦੂੰ ਤਰਾ ਮੈਂ ਬੈਠਾ ਹੀ ਮੇਰੇ ਕੋਲੇ ਕੋਈ ਨਹੀਂ ਇਹ ਕੁੱਟਦਾ ਬਦਲ ਲਊਂ ਜ਼ਰੂਰ ਮੈਂ ਗੱਲ ਤੂੰ ਨਹੀਂ ਸਮਝਦੀ ਮੇਰੀ ਮੈਂ ਤੈਨੂੰ ਬਹੁਤ ਵਾਰੀ ਕਹਿ ਕੇ ਹੰਬ ਕੇ ਤੈਨੂੰ ਤਾਂ ਲੱਗਦਾ ਉਹ ਹੀ ਬਸ ਕਹਿੰਦੇ ਰਹਿੰਦੇ ਆ ਗੱਲ ਸੁਣ ਲੈ ਮਾਤਾ ਅੱਜ ਨੂੰ ਗੱਲ ਤੋਂ ਫੜ ਕੇ ਲਿਆਇਆ ਇਦੋਂ ਬਾਅਦ ਇਹਦੀਆਂ ਲੱਤਾਂ ਭੰਨ ਕੇ ਲਿਆਉਂ ਮੈਂ ਟਿਕ ਜਾ ਰਨ ਦੇ ਮਾਰ ਲੱਗਿਆ ਨਾ ਬੋਲਦਾਗਾ ਕੀ ਕਰਕੇ ਆਇਆ ਹੈ ਬਾਪੂ ਜਾ ਕੇ ਹੁਣ ਪ੍ਰਗਟ ਦੇ ਨਾਲ ਰਲ ਗਿਆ ਇਹ ਉਹਨਾਂ ਦਾ ਮਹਿਫਲਾਂ ਲੱਗਦੀਆਂ ਨੇ ਓਹੋ ਤੁਸੀਂ ਕਿਉਂ ਝੂਠ ਮਾਰੀ ਇਹਨਾਂ ਮੈਂ ਪੈਸੇ ਲੈਣੇ ਸੀ 400 ਰੁਪਇਆ ਤੋਂ ਦਵਾਵਾਂ ਪੈਸੇ ਤੇਰੇ ਹੁਣੀ ਮੈਂ ਧਾਰ ਦਿੱਤੇ ਜੀ ਹੁਣ ਛੋਟੇ ਤੇਰਾ ਬਾਈ ਝੂਠ ਨਹੀਂ ਬੋਲਦਾ ਠੀਕ ਹੈ ਨਾ ਮੈਂ ਝੂਠ ਮਾਰਦਾ ਫਿਰ ਲੱਗਣ ਦਿੰਦੇ ਇਹ ਨਹੀਂ ਪਾਪ ਲੱਗਣ ਦਿੰਦੇ ਹੁਣ ਤੂੰ ਤਾਂ ਸਾਥੋਂ ਮੰਗ ਮੰਗ ਲਈ ਜਾਂਦਾ ਪੈਸੇ ਉਹ ਤੂੰ ਐਡਾ ਕਿੱਡਾ ਕਾ ਸਮਰਾਜਦਾਰ ਆ ਗਿਆ ਕਰਕੇ ਤਾਂ ਤੂੰ ਮੈਥੋਂ ਮੰਗ ਕੇ ਲੈ ਕੇ ਗਿਆ ਪੈਸੇ ਉਹ ਪਰਸੋਂ ਦਿੱਤੇ ਸੀ ਉਹਨੂੰ ਮੈਂ ਇਹ ਵੀ ਘਰ ਚੋਂ ਹੈਗਾ ਮੰਮੀ ਜੀ ਚੁੱਪ ਕਰੋ ਤੁਸੀਂ ਨਾ ਤੂੰ ਅੱਗੇ ਕਦੇ ਨਹੀਂ ਤੇਰੇ ਬਾਈ ਨੂੰ ਐ ਬੋਲਿਆ ਹੁਣ ਤੂੰ ਬੋਲਦਾ ਕਿਵੇਂ ਹੈਗਾ ਮੈਨੂੰ ਕਾਲ ਜਾਣਾ ਜੀ ਰੋਜ਼ ਕੁੜਦਾ ਕਦੇ ਮੈਂ ਦੇਣਾ ਕੁਝ ਮੈਂ ਨਾ ਤੂੰ ਵੀ ਠੀਕ ਜਾ ਕਰਨੀ ਪਿੱਛੇ ਲੜਾਉਣ ਨੂੰ ਤੂੰ ਵੀ ਬਥੇਰੀ ਆ ਤੂੰ ਲੜਾਉਣ ਨੂੰ ਬਥੇਰੀ ਆ ਤੂੰ ਇਹਨਾਂ ਨੂੰ ਹਾਂ ਤੈਨੂੰ ਤਾਂ ਮੰਮੀ ਮੈਂ ਦੇਖ ਜਾਨੀ ਆ ਵਿੱਚ ਵਿਚਾਲੇ ਹਾਂ ਦੀਦੀ ਆ ਪਤਾ ਮੈਨੂੰ ਦੋਨਾਂ ਜਵਾਕ ਨੂੰ ਅੱਧਾ ਖਾ ਲੈ ਇਹਨਾਂ ਨੇ ਅੱਧਾ ਕਰਤਾ ਹਾਂ ਇਹ ਚੁੱਪਦਾ ਹੈ ਵੀ ਮੈਨੂੰ ਪਲੱਸ 2 ਟਾਲਾ ਕਾਲਜ ਕਿਉਂ ਜਾਂਦਾ ਹੈ ਆ ਮੈਨੂੰ ਪਤਾ ਸਾਰਾ ਪਤਾ ਇਹਨਾਂ ਦੀ ਚਾਲਾ ਦਾ ਤੂੰ ਕਰਕੇ ਵੀ ਨੌਕਰੀ ਕਰਦਾ ਸਰਕਾਰੀ ਕਾਕਾ ਦੇਖ ਲੈ ਕਿਵੇਂ ਕਰਦਾ ਅੱਖਾਂ ਪਾੜਦਾ ਉਹਦੇ ਬੰਨੀ 5 ਲੱਖ ਰੁਪਏ ਦਿੱਤਾ 5 ਲੱਖ ਉਹੀ ਲੱਗ ਗਿਆ ਨੌਕਰੀ ਤੂੰ ਕੀ ਸ਼ਰਮ ਲਾਹੀ ਯਾਰ ਰੋਜ਼ ਦਾ ਤੁਹਾਡਾ ਤਾਂ ਹੋ ਗਿਆ ਇਹ ਕੰਮ ਤੈਨੂੰ ਕੋ ਦਿੰਦੇ ਨਹੀਂ ਤੂੰ ਵੀ ਲੱਗਦਾ ਵਿਆਹ ਸੁਪਰੇ ਸੀ ਕਲੇਸ਼ ਪਾਉਣ ਵਾਲੀ ਕੀ ਗੱਲ ਕਰੇ ਨਾ ਵੇ ਮੁੰਡੇ ਇਹ ਕੀ ਤਰੀਕਾ ਤੇਰਾ ਗੱਲ ਕਰਨ ਦਾ
ਸ਼ਰਮ ਮੰਨਲਾ ਮਾੜੀ ਮੋਟੀ। ਹੁਣ ਤੂੰ ਲੱਗੇ ਗੱਲ ਉਦੋਂ ਨਹੀਂ ਦੇਵਾਂਗੇ ਉਦੋਂ ਨਹੀਂ ਦੇਵਾਂਗੇ। ਇਹ ਬੁਰਾ ਲੱਗਦਾ ਹੈ ਜਾਂ ਦੋਸਤ ਵੀ ਬੁਰੇ ਲੱਗਦੇ ਆ ਤੈਨੂੰ ਤਾਂ। ਮੰਮੀ ਇੰਨਾ ਨਾ ਟੈਨਸ਼ਨ ਨਹੀਂ ਲੈਂਦਾ ਹੈਗਾ ਤੂੰ ਤਾਂ। ਬਹੁਤ ਪਛਤਾਏਂਗੀ ਮਾਤਾ ਬਹੁਤ। ਮੈਂ ਇਹਨਾਂ ਨੂੰ ਅੱਡ ਕਰਦੇ ਮੈਂ ਨਹੀਂ ਰਹਿਣਾ। ਮੈਂ ਤਾਂ ਆਪ ਕਹਿੰਦੀ ਆ ਅੱਡ ਹੋ ਜਾ ਆਪਦਾ ਜਾਓ। ਤੂੰ ਆ ਇਸੇ ਦੀ ਸੁਣਿਆ ਕਰ ਬਸ। ਹਾਂ ਹੋ ਜਾਂਦੇ ਆ ਮਾਤਾ। ਹਾਂ ਅੱਡ ਹੋ ਜਾ। ਅਸੀਂ ਤਾਂ ਮਾਂ ਪੁੱਤਰ ਹਾਂਗੇ, ਸਾਥੋਂ ਨਹੀਂ ਤੁਹਾਡੇ ਨਾਲ ਕੱਟਿਆ ਜਾਂਦਾ। ਜਦੋਂ ਪੈਸੇ ਮੰਗੇ, ਜਦੋਂ ਪੈਸੇ ਮੰਗਦੇ ਉਦੋਂ ਬੁੜਕ ਦੇਗਾ ਤੂੰ। ਕੀ ਕੀ ਗੱਲ ਆ, ਮੈਨੂੰ ਵੀ ਬੰਦੇ ਨੂੰ ਵੀ ਵਿੱਚੋਂ ਕੱਢਤਾ। ਕੀ ਗੱਲ ਆ ਚੰਗੇ ਲੱਗਦੇ ਆ। ਨਿੱਤ ਦਾ ਸਿਆਪਾ ਜਿਹੜਾ ਰੋਜ਼ ਲੜਦੇ ਆ ਉਹਨੂੰ ਦੇਖ ਕੇ ਤਾਂ ਹੰਗਦੇ ਨੀ ਮੇਰੇ ਜਵਾਕ ਨੂੰ। ਬੋਲੀ ਜਾ, ਬੋਲਣ ਜੋਗਾ ਛੱਡੇ ਨੀ। ਮੈਨੂੰ ਵੀ ਉਧਰ ਕਰੀ ਜਾਂਦਾ ਲੋੜਾ ਆ ਪੈ ਤੱਕ ਕਹਿਣਾ ਸੀ ਆ ਤੇਰੇ ਬਾਪੂ ਨੂੰ ਪੁੱਛ। ਬੋਲ ਪਾ ਕੀ ਕੁਛ ਹੋਈ ਜਾਂਦਾ ਘਰ ਦੇ ਵਿੱਚ। ਬਾਪੂ ਨੂੰ ਤਾਂ ਆਪੇ ਨਹੀਂ ਬੋਲਣ ਜੋਗਾ ਛੱਡੇ ਨੀ ਮੈਨੂੰ। ਬਸ ਪੁੱਤ ਚੁੱਪ ਕਰ ਜਾ, ਬੋਲਣ ਦੀ ਲੋੜ ਨਹੀਂ ਤੈਨੂੰ ਬਸ। ਮੇਰੀ ਗੱਲ ਸੁਣ, ਤੈਨੂੰ ਤੇਰਾ ਬਾਈ ਕਿੰਨਾ ਪਿਆਰ ਕਰਦਾਗਾ, ਇਹਦੀ ਵੀ ਸੁਣ ਲਿਆ ਕਰ ਮਾੜੀ ਮੋਟੀ। ਪਿਆਰ ਕਿਤੇ ਕਰਦਾ, ਕੁੱਟਦਾ ਮੈਨੂੰ 24 ਘੰਟੇ ਕੁੱਤਿਆਂ ਨੂੰ ਕੁੱਟੀ ਜਾਂਦਾ ਰਹਿੰਦਾ ਮੈਨੂੰ। ਬੇਇੱਜ਼ਤੀਆਂ ਕਰਦਾ ਹਜੇ ਇਹਦੀਆਂ, ਕੁੱਟ ਕੁੱਟ ਕੇ ਬਾਹਰ ਲੈ, ਉੱਥੇ ਜੁੰਡੇ ਫੜ ਕੇ ਲਈ ਆਉਂਦਾਗਾ, ਧੱਕੇ ਮਾਰੀ ਜਾਂਦਾ। ਤਾਂ ਤੋੜ ਕੇ ਲਿਆਉਂਦਾ ਦਿਆਂ ਮੈਂ। ਤੂੰ ਬਹਿ ਜਾ। ਚੁੱਪ ਕਰ ਜਾ ਮੈਨੂੰ ਕੁੱਟਿਆ। ਮੇਰੇ ਕੁੱਤਾ ਰੱਖਿਆ ਹੋਇਆ ਮੈਂ ਇੱਕ ਦਿਨ ਛੱਟੀ ਮਾਰੀ ਸੀ। ਨਾ ਮੰਮੀ ਉਹ ਵੀ ਚੰਗੇ ਨੂੰ ਕਹਿੰਦਾਗਾ ਨਾ, ਪ੍ਰਗਟ ਕਰਕੇ ਕਿੰਨੇ ਕੁ ਚੰਗੇ ਨੇਗੇ, ਨਸ਼ੇੜੀ ਹੈਗੇ ਹੈਗੇ, ਚਿੱਟਾ ਵੇਚਦੇ ਅਗਲੇ। ਉਹ ਵੇਚੀ ਜਾਣ, ਸਾਨੂੰ ਕੀ ਲੈਣਾ ਦੇਣਾ ਉਹਨਾਂ ਨਾਲ। ਤੂੰ ਕਿਹੜਾ ਕੀ ਕਰਦਾ ਸੀ ਉਹਦੇ ਕੋਲੇ? ਉਹ ਮੈਨੂੰ ਕਹਿੰਦਾ ਕਾਲਜ ਕੋਈ ਗੱਲਬਾਤ ਹੋਈ ਮੈਨੂੰ ਦੱਸ ਦੀ, ਮੈਂ ਇੰਨੀ ਗੱਲ ਕਹੀ ਆ। ਉਹ ਪ੍ਰਧਾਨ ਹੈਗਾ ਵੀ ਉਹ ਸੋਲਵ ਕਰੂਗਾ। ਕੀ ਪਤਾ ਯਾਰ ਪਾਪਾ ਨੂੰ ਕੀ ਪਤਾ। ਛੋਟੇ ਤੇਰੇ ਲੱਛਣ ਮਾੜੇ ਆ, ਮੇਰੀ ਗੱਲ ਸੁਣ ਲੈ। ਆਪੀ ਲੱਛਣ ਮਾੜੇ ਆ, ਤੈਨੂੰ ਕਹਿਣ ਦੀ ਲੋੜ ਨਹੀਂ ਨਾ। ਯਾਰ ਹੁਣ ਤੂੰ ਠੀਕ ਹੈ? ਉਹ ਮੇਰੀ ਤਾਂ ਕੋਈ ਮੇਰੇ ਤਾਂ ਆਪੀ ਲੱਛਣ ਮਾੜੇ ਆ। ਆਪ ਦੇ ਬੋਲੀ ਜਾਓਗੇ ਜਿਹੜਾ ਪ੍ਰਗਟ ਆ, ਜਿਹੜਾ KI ਨਰੈਣ ਡਾਇਰੈਕਟਰ ਆ, ਉਹਦਾ ਮੁੰਡਾ ਗਾ। ਉਹ ਗੱਲ ਸੁਣ ਲਓ ਮੇਰੀ, ਉਹਦਾ ਪਿਛਲੀ ਦੁਸ਼ਮਣੀ ਕੱਢੀ ਜਾਂਦਾ। ਔਰ ਨੌਕੇ ਮੰਦਾ ਸੇਖੂ ਕਹਿੰਦਾ ਉਹ। ਸਾਡੀ ਕੋਈ ਪਹਿਲਾਂ ਪੁਰਾਣੀ ਗੱਲਬਾਤ ਹੋਈ ਵੀ ਆ, ਉਹ ਬਦਲੇ ਲਈ ਜਾਂਦੇ। ਤੁਹਾਨੂੰ ਇਹਨਾਂ ਗੱਲਾਂ ਦਾ ਕੀ ਪਤਾ ਹੈਗਾ? ਪਿੱਛੋਂ ਗੱਲ ਕੀ ਹੈ, ਕਹਾਣੀ ਕਿੱਥੇ ਜਾ ਕੇ ਛੜੂਗੀ? ਮੈਨੂੰ ਸਾਰਾ ਪਤਾ ਲੱਗ ਕੇ ਆਉਣਾ। ਮੈਂ ਅੱਡ ਕਰਦੇ, ਮੈਂ ਜਾਂਦਾ। ਇਹਨੂੰ ਤਾਂ ਅੱਡ ਦੀ ਜਿਹੜੀ ਵੀ ਗੱਲ ਨਹੀਂ ਸੋਚਦਾ, ਬਾਤ ਨਹੀਂ ਸੁਣਦਾ। ਬਾਪੂ ਕੱਢ ਕੇ ਦੇਖ ਲੈਣੇ ਨੇ 2-4 ਮਹੀਨੇ, ਕੱਲ ਆਪਾਂ ਪਤਾ ਘਰ ਦੀ ਕੋਠੀ ਵੀ ਤੁਸੀਂ ਰੱਖ ਲਓ, ਅਸੀਂ ਤਾਂ ਪੁਰਾਣੇ ਚ ਰਹਿ ਲਾਂਗੇ। ਇੱਧਰ ਜਾਣਾ ਚਾਹੋ ਮੇਰੇ ਜਵਾਕ ਤੇ ਦੰਦਾ ਬਥੇਰਾ, ਜਿੱਧਰ ਜਾਣਾ ਤੁਸੀਂ ਜਾਓ। ਰੰਨ ਖਾਸ ਨਾ ਆਦੇ ਲੀੜੇ ਚੱਕ ਲਾ, ਬਾਪੂ ਦੇ ਚੱਕ ਲਾ, ਮੇਰੇ ਚੱਕ ਲਾ, ਬਾਪੂ ਨੂੰ ਵੀ ਬਣਤਾ ਇਹਨਾਂ ਨੇ ਤਾਂ। ਕੀ ਯਾਰ ਇਹੋ ਜਿਹਾ ਕਰਨਗੇ ਯਾਰ, ਕੀ ਇਹੀ ਕੀ ਬਣ ਗਿਆ ਕੀ ਨਹੀਂ ਬਣ ਗਿਆ ਸਮਝ ਨੀ ਆਉਂਦੀ ਗੱਲ। ਬਾਪੂ ਜੀ ਜੇ ਤੁਸੀਂ ਪਹਿਲਾਂ ਬੋਲਦੇ ਨਾ, ਆ ਤੈਨਾਂ ਦੇਖਣੇ ਮਿਲਦੇ। ਉਹ ਅਸਲ ਤਾਂ ਮੈਂ ਤਾਂ ਕਹਣਾ ਯਾਰ ਵੱਢ ਲਓ ਮੈਨੂੰ, ਇੱਦਾਂ ਕਿੱਧਰ ਰੱਖ ਲਓ, ਉੱਦਾਂ ਉੱਧਰ ਲੈ ਜਾ, ਲੋੜੀ ਨਹੀਂ, ਦੋਨੇ ਪਾਸੇ ਰਹਿ ਜੂਗਾ, ਦੋਨੇ ਪਾਸੇ ਨਹੀਂ ਰਹਿ ਜੂਗਾ। ਇਹ ਤਾਂ ਚੁੱਪ ਕਰ, ਤੂੰ ਤਾਂ ਬਥੇਰਾ ਬੋਲ ਲੈਣੀ ਆ, ਇਹ ਤਾਂ ਭਾਈ ਚੁੱਪ ਹੈ, ਤੂੰ ਤਾਂ ਬਥੇਰਾ ਬੋਲਦੀ ਹੈਗੀ। ਮੰਮੀ ਹੁਣ ਤਾਂ ਮਾੜੀ ਮੋਟੀ ਸ਼ਰਮ ਕਰ ਲਓ, ਦੋਨੇ ਭਰਾ ਅੱਡੋ ਅੱਡ ਹੋ ਗਏ ਨੇਗੇ, ਕਿੱਥੇ ਇਹਨਾਂ ਦਾ ਇੰਨਾ ਪਿਆਰ ਹੁੰਦਾ ਸੀ। ਹੋਇਆ ਉਹਦੇ ਦਾ ਜਦੋਂ ਤੂੰ ਕਰਦੀਆਂ ਬਹਿਤਾਂ, ਪਹਿਲਾਂ ਤਾਂ ਕੋਈ ਨਹੀਂ ਸੀਗੀ, ਪਹਿਲਾਂ ਤਾਂ ਦੋਨੇ ਭਾਈ ਰੋਟੀ ਖਾਦੇ ਸੀ। ਉਹ ਤੈਨੂੰ ਮੈਂ ਦੱਸਣਾ ਗੱਲ, ਤੈਨੂੰ 1000 ਵਾਰੀ ਕਹਿੰਦਾ ਤੂੰ ਕੁਛ ਹੁਣ ਖਾਏਂਗੀ, ਮੈਨੂੰ ਗੱਲ ਤੂੰ ਕਦੋਂ ਨਹੀਂ ਸੁਣਨ ਦਿੰਦੀ। ਇਹ ਨਹੀਂ ਕਰਦੀ ਨਾਲ ਤਾਂ ਸਗਾ ਤੈਨੂੰ ਮੈਂ, ਜਿਹੜੇ ਲੋਕ ਕਰਦੇ ਉਹਨਾਂ ਦੇ ਉਹਨਾਂ ਤੋਂ ਉੱਦਾਂ ਧਿਆਨ ਦੇ, ਜਿਹੜੇ ਨਾ ਗਏ ਤੇ ਡਰ ਜਾਂਦੀ ਵੀ ਕੀ ਸਿਆਸਤਾਂ ਖੇਡੀ ਜਾਂਦੇ। ਤੈਨੂੰ ਮੈਂ ਐਵੇਂ ਨਹੀਂ ਕਿਹਾ, ਉਹ KI ਨਰੈਣ ਡਾਇਰੈਕਟਰ ਦਾ ਗਾ, ਗੱਲ ਸਮਝ ਲਿਆ ਕਰ ਮੇਰੀ, ਤੈਨੂੰ ਪਤਾ ਨਹੀਂ ਗੱਲ ਕਿੱਥੋਂ ਤੋਂ ਕਿੱਧਰ ਨੂੰ ਜਾਂਦੀ ਹੈ। ਤੂੰ ਕਿਉਂ ਬੋਕਣ ਲੱਗੀ? ਤੈਨੂੰ ਕਿਹਾ ਬਾਪੂ ਦੇ ਲੀੜੇ ਚੱਕ ਲੈਣੇ ਆਪਦੇ, ਤੂੰ ਮੈਂ ਥਪੜੇ ਖਾ ਲਈ ਮੈਥੋਂ। ਉਹ ਮੈਂ ਤਾਂ ਤੁਹਾਨੂੰ ਕਿਹਾ ਮੈਨੂੰ ਤਾਂ ਕੱਪੜਿਆਂ ਦੀ ਲੋੜ ਨਹੀਂ ਪੈਣੀ, ਅੱਧਾ ਵੱਢ ਦਿਓ, ਇਕੱਲੇ ਕੁੜਤੇ ਨਹੀਂ ਸਰ ਜਾ ਕਰੋ, ਬਾਪੂ ਇੱਧਰ ਪਜਾਮੇ ਨਾ ਕਰਿਆ ਕਰ, ਚੱਲ ਉੱਠ, ਇੱਧਰ ਪਜਾਮੇ ਨੇ ਸਰ ਜਾ ਕਰੋ, ਉਹਦੇ ਕੁੜਤੇ ਨੇ ਸਰ ਜਾ ਕਰੂਗਾ। ਅੱਲ ਮਾਰਦੇ ਇਹ ਕੀ ਹਾਲ ਹੁੰਦੇ ਨੇ, ਖਾ ਲਿਆ ਮੇਰੇ ਜਵਾਕ ਨੂੰ ਇਹਨਾਂ ਨੇ। ਜਿੱਦਣ ਦੀ ਆਈ ਆ ਨਾ ਇਹ ਬਹੂ ਜੀ ਨੇ ਘਰ ਪਾੜਤਾ। ਮੇਰੀ ਗੱਲ ਸੁਣ ਪਾਗਲੇ, ਐਵੇਂ ਕਿਸੇ ਦੇ ਮਗਰ ਨਹੀਂ ਲੱਗੀ ਜਾਂਦਾ, ਕਿਉਂ ਆਪਦਾ ਘਰ ਖਰਾਬ ਕਰਿਆਗਾ? ਅਜੇ ਵੀ ਵੇਲਾ ਹੈਗਾ ਮੰਨ ਲਾ। ਕੀ ਮੰਨ ਲਾ? ਮੇਰੇ ਤਾਂ ਜਵਾਕ ਦੇ ਹੱਥ ਧੋ ਕੇ ਮਗਰ ਪੈ ਗਏ, ਕਿਧਰੇ ਬਾਹਰੇ ਉਹਦੀਆਂ ਬੇਇੱਜ਼ਤੀਆਂ ਕਰਕੇ ਲਿਆਉਂਦਾ, ਘਰੇ ਉਹਨੂੰ ਚੱਲਦੀ ਨੀ ਹੈਗੀ ਬਹੂ। ਮੈਨੂੰ ਐ ਦੱਸ ਦੇ ਮੈਂ ਕੀ ਕਰਾਂ, ਮੈਂ ਉਹਦੀ ਸੁਣਾ ਨਾ, ਉਹ ਕੁਮਾਰ ਆਇਆ ਤਾਂ ਵਿਆਹ ਤਾਂ ਹੁਣ ਆਪਦੀ ਤੀਵੀਂ ਦਾ ਹੋ ਕੇ ਬਹਿ ਗਿਆ। ਤੀਵੀਂ ਦਾ ਨੀ ਹੋ ਕੇ ਬੈਠਾ? ਹਾਂ, ਉਹ ਤਾਂ ਕੁਛ ਛੱਟਿਆ ਨੀ ਹੋਇਆ, ਉਹਦਾ ਉਹ ਭਾਈ ਆ ਮੇਰਾ, ਉਹ ਪੁੱਤ ਆ। ਮੈਂ ਤੈਨੂੰ ਤਾਂ ਕਹਿਣਾ ਗਾ, ਤੂੰ ਮੇਰਾ ਵੀ ਨੀ ਛੱਟਿਆ ਵੈ, ਚੰਗੇ ਨੂੰ ਕਹਿਣੇ ਆ। ਪਰ ਤੂੰ ਮੰਨ ਲਾ ਗੱਲ, ਹਜੇ ਵੀ ਤੇਰੇ ਕੋਲ ਵੇਲਾ ਹੈਗਾ, ਹੁਣ ਤਾਂ ਉਹਦਾ ਡਰ ਹੈਗਾ ਭਾਈ ਦਾ, ਜੇ ਕੱਲ ਨੂੰ ਕੋਈ ਉਨੀ ਔਖੀ ਹੋ ਗਈ ਫੇਰ ਦੱਸ ਕੀ ਕਰੇਗੀ। ਨਾ ਮੈਂ ਤਾਂ ਹੱਥ ਜੋੜਤੇ ਬਸ, ਮੈਨੂੰ ਮਾਫ਼ ਕਰੋ, ਮੈਂ ਨੀ ਉਹ ਕਰਨਾ, ਮੈਂ ਤਾਂ ਆਪਦੇ ਜਵਾਕ ਦੀ ਸੁਣੂਗੀ। ਉਹ ਫਿਰਦਾ ਗਾ ਨਾ ਜਿਹੜਾ ਬਿਰ ਬਿਰ ਕਰਦਾ, ਕਦੇ ਕਿਵੇਂ ਬੋਲਦੇ ਆ, ਕਦੇ ਕਿਵੇਂ ਬੋਲਦੇ ਆ, ਰੋਟੀ ਪਾਣੀ ਉਹ ਉਹਨੂੰ ਨੀ ਖਾਣ ਦਿੰਦੀ, ਉਹ ਉਹਨੂੰ ਤਾਨੇ ਮਿਹਣੇ ਕਦੇ ਕਿਵੇਂ, ਭਾਈ ਉਹ
ਉਹਨੂੰ ਬਸ ਮੈਥੋਂ ਨੀ ਜਰਾ ਜਾਂਦਾ ਬਹੁਤ ਦੇਖ ਲਿਆ ਮੈਂ ਬਹੁਤ ਹੁਣ ਤਾਂ ਮੇਰੇ ਹੱਥ ਖੜੇ ਹੱਥ ਬੰਨੇ ਆ ਸਾਰਿਆਂ ਨੇ ਬਸ ਮੈਂ ਤਾਂ ਉਹਦੇ ਪੁੱਤ ਦੀ ਸੁਣਨੀ ਆ ਮੇਰਾ ਲਾਡ ਲਾ ਉਹ ਮੈਂ ਤਾਂ ਉਸੇ ਦੀ ਸੁਣੂੰਗੀ ਬਸ ਮੇਰੀ ਤਾਂ ਗੱਲ ਸੁਣ ਲਾ ਕੱਲ ਨੂੰ ਕੰਧ ਟੱਕਰ ਮਾਰ ਮਾਰ ਰੋਏਗੀ ਮੁੜ ਕੇ ਵੇਲੇ ਨੂੰ ਪਛਤਾਏਗੀ ਮੁੜ ਕੇ ਤੇਰੇ ਕੋਲ ਟਾਈਮ ਨੀ ਹੋਣਾ ਹਜੇ ਵੇਲਾ ਹੈਗਾ ਸੰਭਾਲ ਲਾ ਬਸ ਸੰਭਾਲ ਲਿਆ ਮੈਂ ਤਾਂ ਵੇਲਾ ਹਜੇ ਵੀ ਮੈਂ ਕਹਿਆ ਮੈਂ ਤੈਨੂੰ ਕਹਿਣਾ ਚੰਗੇ ਨੂੰ ਆਪਾਂ ਚੰਗੇ ਲੋਕ ਮੈਂ ਤਾਂ ਸੁਣਨੀ ਨੀ ਹੁਣ ਕਿਸੇ ਦੀ ਗੱਲ ਉਹ ਮੇਰੀ ਤਾਂ ਸੁਣ ਲਾ ਨਹੀਂ ਸੁਣਨੀ ਤੈਨੂੰ ਉਹ ਬਾਹਰ ਤਾਂ ਸੁਣਾਉਂਦਾ ਘਰ ਦੇ ਸੁਣਾਉਂਦਾ ਹੁਣ ਵੇਲਾ ਹੈਗਾ ਸੰਭਾਲ ਲੋਕ ਤੇ ਕੰਮ ਭਾਲਦੇ ਆ ਬਿਨਾਂ ਘਰ ਪਾਲਦੇ ਲੋਕ ਤਾਂ ਚਾਹੁੰਦੇ ਆ ਇਹ ਤੂੰ ਇਹ ਗੱਲ ਸੋਚ ਨਹੀਂ ਰਹੀ ਵੀ ਗੱਲ ਕਿੱਥੋਂ ਚੱਲਦੀ ਕਿੱਥੇ ਖਤਮ ਹੋਊਗੀ ਘਰ ਦੇ ਹੀ ਚਾਹੁੰਦੇ ਹੈਗੇ ਘਰ ਦੀ ਨੀ ਚੱਲਦੀ ਹੈਗੀ ਲੋਕਾਂ ਨੇ ਕੀ ਲੈਣਾ ਗਾ ਆਪਣੇ ਘਰ ਤੋਂ ਲੈ ਹੁਣ ਤਾਂ ਤੂੰ ਬਣਦੀ ਹੱਥ ਲੈ ਹੁਣ ਮੈਂ ਬਣਦਾ ਪਰ ਤੇਰੇ ਦਿਮਾਗ 'ਚ ਨਹੀਂ ਆਉਂਦੀ ਤੁਸੀਂ ਤਾਂ ਮੈਨੂੰ ਵੰਡਣਾ ਸੀ ਮੈਨੂੰ ਬਣਤਾ ਬਸ ਬਸ ਆਪਦਾ ਕੰਮ ਕਰ ਗੱਲ ਦਾ ਖੈੜੇ ਨੀ ਛੱਡਦਾ ਹੈਗਾ ਉਹਨਾਂ ਦੀ ਬਸ ਉਹਨਾਂ ਦੀ ਪੂਛ ਪੂਛ ਨੂੰ ਪੁੱਤ ਦੀ ਇਹੀ ਮਾੜਾ ਬਣਾਤਾ ਇਕੱਲਾ ਜਾਂ ਮੈਂ ਬਣਾਤੀ ਹੁਣ ਮਗਰ ਮਾੜੀ ਕੋਈ ਨਾ ਠੀਕ ਆ ਬਸ ਹੋਰ ਪ੍ਰਗਟ ਵੀਰੇ ਕੀ ਹਾਲ ਚਾਲ ਆ ਠੀਕ ਹੈ ਕੀ ਹਾਲ ਨੇ ਗੱਗੂ ਵਧੀਆ ਵਧੀਆ ਹੋ ਸੁਣਾ ਠੀਕ ਹੈ ਅੱਜ ਤੈਨੂੰ ਖੁਸ਼ਖਬਰ ਦੇਣ ਆਇਆ ਮੈਂ ਅੱਛਾ ਸੁਣਾ ਕੀ ਖੁਸ਼ਖਬਰੀ ਹੈ ਚੰਨੀ ਨੀ ਚੰਨੀ ਹਾਂ ਅੱਧਾ ਉਹਨੇ ਭਾਈ ਪਾੜ ਗਿਆ ਵਿੱਚ ਹੀ ਅੱਛਾ ਹਾਂ ਆਹ ਤਾਂ ਤੂੰ ਬਾਹਲੀ ਚੰਗੀ ਖਬਰ ਲੈ ਕੇ ਆਇਆ ਲੈ ਹੁਣ ਦੇਰੀ ਨਾ ਕਰ ਹੁਣ ਤਾਂ ਟਾਈਮ ਹੈਗਾ ਮੌਕੇ ਦਾ ਫਾਇਦਾ ਚੱਕਣ ਦਾ ਮਿਲਦਾ ਉਹਨੂੰ ਜਾ ਕੇ ਮਿਲਤੇ ਉਹਨੂੰ ਲਿਆ ਕੇ ਆਪਣੇ ਕੋਲੇ ਛੇਤੀ ਹੋਰ ਮੈਂ ਤਾਂ ਰਹਿਣ ਗਿਆ ਭੱਜਿਆ ਭੱਜਿਆ ਆਵਾਂ ਛੇਤੀ ਪੜਕਲ ਬਾਈ ਕੋਲੇ ਜਾਵਾਂ ਖਬਰ ਦੇਵਾਂ ਉਹਨੂੰ ਆਹ ਤਾਂ ਤੂੰ ਬਾਹਲੀ ਚੰਗੀ ਖਬਰ ਦੇਤੀ ਉਹ ਲੜੀ ਜਾਣਾ ਮੈਂ ਲੰਘ ਰਿਹਾ ਸੀ ਮੈਂ ਪੂਰੇ ਜਿਹੜੇ ਕੰਨੀ ਖਬਰ ਸੁਣ ਕੇ ਆਇਆ ਆਪ ਜਾਂਦੇ ਭਰੱਪਣ ਨਾ ਹੁਣ ਕਿਹੜਾ ਬਲਦੀ ਦੇ ਤੇਲ ਪਾਈ ਦੇ ਮੌਕੇ ਦਾ ਫਾਇਦਾ ਇਦੂ ਚੰਗਾ ਹੋਰ ਕੋਈ ਨੀ ਹੋਣਾ ਚੱਕਰੀ ਨਾ ਮੰਨੋ ਕੋਕੇ ਜੜਨੂ ਕੋਕੇ ਠੀਕ ਹੈ ਓਕੇ ਜੀ ਲੈ ਹੁਣ ਆਊਗਾ ਸਵਾਦ ਦੇਖਦੇ ਇਹਨੂੰ ਵੀ ਸੀਗਾ ਉਹ ਕਿਵੇਂ ਆ ਠੀਕ ਆ ਠੀਕ ਆ ਇੱਕ ਮਿੰਟ ਰੁਕ ਕੇ ਗੱਲ ਕਰਦਾ ਤੁਹਾਡੇ ਨਾਲ ਠੀਕ ਆ ਉਹ ਦੇ ਦੇ ਹੁਣ ਤੇ 400 ਰੁਪਇਆ ਬਹੁਤ ਟਾਈਮ ਹੋ ਗਿਆ ਹੁਣ ਤੇ ਯਾਰ ਤੂੰ ਘਰ ਰੋਜ਼ ਦਾ ਮੰਗਣਾ ਤੈਨੂੰ ਅੱਜ ਦਵਾਈ ਲੈਣਾ ਚੱਲੀ ਕਿਹਦੇ ਕੋਲ ਦਵਾ ਕੇ ਲਿਆਏਗਾ ਭਾਈ ਨਹੀਂ ਮਿਲਿਆ ਸੀ ਆਪਣਾ ਉਹਦੇ ਨਾ ਮਾਰਕਟ ਉਹ ਦਵਾ ਨਾ ਤੂੰ ਲੈਣੇ ਆ ਚੱਲ ਚੱਲ ਓਏ ਉਹ ਤਾਂ ਮੈਂ ਤੇਰੀ ਗੱਲ ਮੰਨਦਾ ਹੈਗਾ ਉਹ ਹੁਣ ਸਖਤਾਈ ਕਰਕੇ ਨਾ ਬੋਟਾਈਆਂ ਦਾ ਕਰਕੇ ਸਮਾਨ ਅੱਗੇ ਘੱਟ ਜਾ ਰਿਹਾ ਉਹ ਬਾਕੀ ਤੈਨੂੰ ਪਤਾ ਹੈਗਾ ਆਹ ਮੁੰਡਿਆਂ ਦੇ ਪੇਪਰ ਪੂਪਰ ਜੇ ਚੱਲੀ ਜਾਂਦੇ ਨੇ ਕੋਈ ਜਦੋਂ ਮਾੜੀ ਜੀ ਇਹਨਾਂ ਤੋਂ ਹੋਣ ਦੇ ਖੁੱਲ ਉਹ ਤਾਂ ਭੱਜੇ ਆਉਣਗੇ ਮੇਰੇ ਕੋਲ ਪਹਿਲਾਂ ਵਾਲਾ ਹੀ ਸਮਾਨ ਹਜੇ ਜ਼ਿਆਦਾ ਪਿਆ ਹੈਗਾ ਬਾਕੀ ਨਵੇਂ ਪਟੋਲੇ ਤਾਂ ਆਪਣੇ ਕੋਲ ਆਉਂਦੇ ਜਾਂਦੇ ਹੀ ਰਹਿੰਦੇ ਆ ਠੀਕ ਹੈ ਠੀਕ ਹੈ ਕੀ ਹਾਲ ਆ ਬਾਈ ਠੀਕ ਹੈ ਆ ਗਿਆ ਬਾਜ਼ਾਰ ਆਪਣਾ ਕੀ ਹਾਲ ਨੇ ਵਧੀਆ ਜੀ ਵਧੀਆ ਤੁਸੀਂ ਸੁਣਾਓ ਠੀਕ ਠਾਕ ਹੋਰ ਫਿਰ ਵਧੀਆ ਜੀ ਕਿਵੇਂ ਚੱਲਦੀ ਹੈ ਤੇਰੀ ਪੜ੍ਹਾਈ ਪੜ੍ਹਾਈ ਤਾਂ ਬਹੁਤ ਵਧੀਆ ਚੱਲੀ ਜਾਂਦੀ ਹੈ ਲੱਗਦਾ ਜੀ ਕਿ ਨਹੀਂ ਲੱਗਦਾ ਪੜ੍ਹਾਈ 'ਚ ਲੱਗੀ ਜਾਂਦਾ ਜੀ ਤਾਂ ਵਧੀਆ ਲੱਗ ਜਾਂਦਾ ਅੱਛਾ ਵੱਡਾ ਬਾਈ ਅਸੀਂ ਕਲੇਸ਼ ਜਿਹਾ ਰਹਿੰਦਾ ਜੀ ਤੈਨੂੰ ਪਤਾ ਉਹਨੂੰ ਘੇਰ ਲੈਂਦਾ ਜੀ ਮੈਨੂੰ ਉਹ ਅੱਡ ਕਰਤੇ ਜੀ ਪਰ ਚੱਲ ਵਧੀਆ ਕਰਿਆ ਵਧੀਆ ਕੀਤਾ ਯਾਰ ਐਵੇਂ ਤੇਰੇ ਤੇ ਰੋਕ ਟੋਕ ਲਾਈ ਜਾਂਦਾ ਸੀ ਗੱਲ ਆ ਬਿਨਾਂ ਗੱਲ ਤੋਂ ਅੱਜ ਦੇ ਟਾਈਮ 'ਚ ਕਿਸੇ ਦੀ ਗੁਲਾਮੀ ਕਰਕੇ ਕਿੱਥੋਂ ਰਿਹਾ ਜਾਂਦਾ ਹੈਗਾ ਇਹ ਤਾਂ ਹੈਗਾ ਮੈਂ ਬਰਾਬਰ ਦਾ ਹਿੱਸੇਦਾਰ ਸੀ 30 ਕਿੱਲੇ ਹਣ 15 ਕਿੱਲੇ ਮੈਨੂੰ 15 ਕਿੱਲਿਆਂ ਦਾ ਮਾਲਕ ਹੈਗਾ ਤੂੰ ਹੁਣ ਉਹਦੇ ਥੱਲੇ ਲੱਗ ਕੇ ਥੋੜੀ ਰਹੇਗਾ ਤੂੰ ਐਵੇਂ ਕੁੱਟ ਖਾ ਜਾਂਦਾ ਤਾਂ ਚੱਲ ਆ ਤੂੰ ਵਧੀਆ ਕਰਿਆ ਜਿਹੜਾ ਉਹਦੇ ਨਾਲ ਵੱਡ ਹੋ ਗਿਆ ਲੈ ਭਈ ਯਾਰ ਪੈਸੇ ਲੈ ਮੈਂ ਚੱਲ ਜਾਣਾ ਫਿਰ ਮੈਂ ਬਗ ਜੀ ਬਾਇਆ ਯਾਰ ਮਸਤਾ ਸਾਡੇ ਕੋਲੇ ਆਇਆ ਤੂੰ ਇੰਨਾ ਪੁੱਛਦੇ ਨੀ ਹੁੰਦੇ ਭੋਲਾ ਪੰਛੀ ਆਈ ਗਿਆ ਜਾਲ ਚ ਵੀ ਹੁਣ 2-4 ਵਾਰ ਤਾਂ ਲਵਾਵਾਂ ਇਹਨੂੰ ਫ੍ਰੀ ਚ ਫੇਰ ਦੇਖੋ ਇਹਦੇ 15 ਕਿੱਲੇ ਕਿਵੇਂ 5 ਕਿੱਲਿਆਂ ਚ ਆ ਕੇ ਖੜਦੇ ਆ ਬੇ ਨਜ਼ਾਰਾ ਹੀ ਵਾਲਾ ਹੀ ਇਹਨਾਂ ਮਰਦਾ ਐਵੇਂ ਨਹੀਂ ਤੈਨੂੰ ਕਿਹਾ ਸੀ ਐਵੇਂ ਫੜਦਾ ਸੀ ਤੂੰ ਚੁੱਕਦਾ ਯਾਰ ਉਹ ਬਿਠਾ ਮੁੰਡੇ ਨੂੰ ਬੈ ਜੂ ਲੈ ਆਉਂਦੇ ਝੂਟੇ ਫੁਰਗਾਂ ਦੇ ਕਿਉਂ ਮੁੰਡਿਆ ਆਉਂਦਾ ਇਸ ਬਾਤ ਹਾਂ ਹਾਂ ਲਾਰਾਂ ਲੱਗੀਆਂ ਰਹੀਆਂ ਪ੍ਰਗਟ ਤੇਰੇ ਨਾ ਕੋਈ ਤੂੰ ਮੇਰਾ ਵੱਡਾ ਬਾਈ ਆ ਹਾਂ
ਪਟਾ ਭਾਈ ਚੱਲ ਲੈ ਕੇ ਜਾ ਫਿਰ ਮੁੰਡਾ ਤੂੰ ਹੀ ਮਾੜਾ ਮੇਰੇ ਘਰ ਦੇ ਤੈਨੂੰ ਹੀ ਮਾੜਾ ਕਹੀ ਗਏ ਨਾ ਯਾਰ ਕਿਸੇ ਦੀ ਪਰਵਾਹ ਨਹੀਂ ਕਰੀਦੀ ਹੁੰਦੀ ਜਿਹੜਾ ਤੈਨੂੰ ਠੀਕ ਲੱਗਦਾ ਤੂੰ ਉਵੇਂ ਕਰ ਨਾਣਾ ਮੈਨੂੰ ਠੀਕ ਲੱਗਦਾ ਕਿਸੇ ਦੀਆਂ ਗੱਲਾਂ 'ਚ ਨਹੀਂ ਆਈਦਾ ਹੁੰਦਾ ਨਾਣਾ ਕੋਈ ਗੱਲ ਚੱਲ ਆ ਚੱਲ ਗਿਆ ਫਿਰ ਟੰਗਾ ਵੀ ਮਿਲਦੇ ਆ ਪੈਸੇ ਪੈਸੇ ਉਹ ਪੈਸਿਆਂ ਦੀ ਕਿਉਂ ਟੈਨਸ਼ਨ ਲੈਣਾ ਹੈਗਾ ਜਦੋਂ ਵੱਡਾ ਭਾਈ ਕਹਿਤਾ ਬਸ ਠੀਕ ਆ ਤੇਰਾ ਹੀ ਆ ਯਾਰ ਸਾਰਾ ਕੁਝ ਵੀ ਗੱਲ ਕਿਹਦੇ ਕਰਦਾ ਹਾਂ ਵੱਡਾ ਭਾਈ ਕਹਿਤਾ ਪੈਸੇ ਤਾਂ ਤੂੰ ਭੱਜ ਭੱਜ ਲੈ ਕੇ ਆਇਆ ਕਰੇਗਾ ਮੇਰੇ ਕੋਲੇ ਅਜੇ ਤਾਂ ਤੇਰੀ ਆ 15 ਕਿੱਲੇ ਵੀ ਆਪਦੇ ਨਾਲ ਪਾਉਣੀ ਹੈ ਕਿਹੜੇ ਵੇਲਾ ਦਾ ਗਿਆ ਐਂ ਨਹੀਂ ਹੈਗਾ ਘਰੇ ਆ ਜਾ ਵੀ ਮੇਰੀ ਮਾਂ ਫਿਕਰ ਕਰਦੀ ਹੋਊਗੀ ਇਕੱਲੀ ਆ ਉਹ ਵੀ ਬਸ ਕੀ ਕਰਾਂ ਲੈ ਬਾਈ ਮੇਰਾ ਘਰ ਆ ਗਿਆ ਓਕੇ ਚਣੀ ਜੀ ਕੰਮ ਮਿਲਦਾ ਮੈਂ ਚੰਗਾ ਜੀ ਆਪਣੀ ਨਹੀਂ ਕੱਪੜਾ ਜਿਹੜਾ ਹੁੰਦੀ ਲੈ ਲਾ ਆ ਨਹੀਂ ਆਈ ਬੇ ਚੰਨੀ ਹਾਂ ਆਏ ਜੇ ਕਿਉਂ ਚੱਕਰ ਦੇ ਖਾਂਦਾ ਆਉਣਾ ਹੈਗਾ ਮੈਨੂੰ ਬੁਖਾਰ ਬੜਾ ਹੋਇਆ ਪਿਆ ਲੋਟ ਹੋ ਕੇ ਬਹਿ ਜਾ ਮੈਂ ਪਰਾਂ ਨਾ ਡਿੱਗ ਪੀ ਮੈਂ ਉਹ ਨਹੀਂ ਦੇਦਾ ਬੁਖਾਰ ਬੜਾ ਹੋਇਆ ਪਿਆ ਬੁਖਾਰ ਹੋ ਗਿਆ ਦਵਾਈ 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 ਡਾਕਟਰ ਤੋਂ ਟੀਕਾ ਲਵਾ ਕੇ ਹੁਣੇ ਆਇਆ ਮੈਂ ਸੱਦਾ ਡਾਕਟਰ ਮੈਂ ਨਹੀਂ ਮੈਂ ਖਾਦ ਲੈਨੇ ਆ ਨਹੀਂ ਹੁਣੇ ਲਵਾ ਕੇ ਆਇਆ ਉਹ ਕਹਿੰਦਾ ਸੌ ਜਾ ਕੇ ਮੈਨੂੰ ਤਾਂ ਜ਼ਿਆਦਾ ਹੀ ਤੂੰ ਲੱਗਦਾ ਢਿੱਲਾ ਜਾ ਉਹ ਬੁਖਾਰ ਜਾ ਆਇਆ ਕਹਿੰਦਾ ਸੈੱਲ ਜੇ ਵੀ ਘਟੇ ਪਏ ਤੇਰੇ ਓਏ ਫਿਕਰ ਕਰ ਲੱਗ ਜਾਈਂ ਤੂੰ ਤੈਨੂੰ ਕਹਿਦਾ ਇੱਕ ਵਾਰੀ ਭੱਜ ਕੇ ਹੈ ਪੈਂਦਾ ਮੈਂ ਕਹਿੰਦੀ ਆ ਵੀ ਕੀ ਹੁਣ ਤੈਨੂੰ ਸਮਝਾਵਾਂ ਦੰਦਾ ਖਾ ਗਿਆ ਤੇਰੀ ਭਰਜਾਈ ਦਾ ਉਹ ਪਿੱਛੇ ਲੱਗੇ ਪਏ ਮੈਂ ਹਾਂ ਦੰਦਾ ਪੈ ਗਿਆ ਆਪਣੇ ਤੇ ਨਾ ਜੇ ਅੱਡ ਵੀ ਕਰਤੇ ਕਿੱਚੇ ਤਾਂ ਵੀ ਨਹੀਂ ਉਤਰੇ ਤੇ ਜਿੰਨਾ ਨਾਲ ਵੀ ਭੜੇ ਪੈਂਦੇ ਓਹੋ ਲੈ ਮੈਂ ਕੁਝ ਖਾਣ ਨੂੰ ਲਿਆ ਕੇ ਦੇ ਦਾਂ ਮੈਨੂੰ ਸੌਣ ਦੇ ਮੈਂ ਪਹਿਲਾਂ ਨੀਂਦ ਆਈ ਨਹੀਂ ਚੱਲ ਚੰਗਾ ਪੈ ਜਾ ਤੂੰ ਪੈ ਜਾ ਆਰਾਮ ਕਰ ਲੈ ਦਵਾਈ ਲਈ ਹੋਈ ਆਰਾਮ ਕਰ ਲੈ ਪੈ ਜਾ ਪਤਾ ਨੀ ਕੀ ਖਵਾਇਆ ਯਾਰ ਹੱਥ ਪੈਰ ਸਾਰੇ ਦੁਖੀ ਜਾਂਦੇ ਯਾਰ ਮੇਰੇ ਕੱਲ ਤਾਂ ਨਜ਼ਾਰਾ ਆ ਗਿਆ ਸੀ ਯਾਰ ਕੀ ਖਵਾਇਆ ਮੈਨੂੰ ਦੇ ਕੇ ਜਾ ਯਾਰ ਹੈਲੋ ਗੱਗੂ ਹੈਲੋ ਗੱਗੂ ਕਿਵੇਂ ਆ ਯਾਰ ਉਹ ਕੱਲ ਵਾਲਾ ਸਮਾਨ ਕੀ ਖਵਾਇਆ ਜੀ ਮੈਨੂੰ ਖਵਾ ਸੀ ਯਾਰ ਮੇਰਾ ਸਰੀਰ ਟੁੱਟੀ ਜਾਂਦਾ ਸਾਰਾ ਯਾਰ ਮੈਂ ਘਰੇ ਹਾਂ ਯਾਰ ਘਰੇ ਆ ਮੈਥੋਂ ਟੁੱਟਿਆ ਵੀ ਨਹੀਂ ਜਾਂਦਾ ਚੱਲ ਠੀਕ ਆ ਯਾਰ ਮੈਨੂੰ ਦੇ ਯਾਰ ਕੀ ਖਵਾਇਆ ਮੈਨੂੰ ਲਿਆ ਅੱਜ ਵੀ ਲਾ ਤੇਰੀ ਯਾਰ ਨੂੰ ਲੱਡੂਆਂ ਤੋਰਾ ਲਿਆ ਦੇ ਯਾਰ ਅੱਛਾ ਕੀ ਕਰੀ ਜਾਂਦਾ ਵੇ ਮੁੰਡਿਆ ਤੂੰ ਕੁਛ ਨਹੀਂ ਪੈਸੇ ਤੇ ਨਹੀਂ 400 ਰੁਪਏ ਰਹਿੰਦੇ ਦਾ ਅੱਛਾ ਬਣਾਉਣ ਆਇਆ ਸੀ ਮਤਲਬ ਲੈ ਮੈਨੂੰ ਫੜਾ ਦੇ ਪੈਸੇ ਤਾਂ ਫੜਾ ਦੇ ਹੁੰਦਾ ਚਲ ਠੀਕ ਆ ਮਿਲਦੇ ਆਪਣੇ ਕੇ ਉਹ ਪੈਸੇ ਦੇਣ ਆਈ ਮਾ ਤੂੰ ਹੀ ਕਰਦੇ ਲੈ ਅਖੇ ਤੂੰ ਹੀ ਕਰਦੀ ਹੈ ਤੇ ਰੋਟੀ ਬਣਾ ਮੈਂ ਜਾਣਾ ਚਲ ਠੀਕ ਆ ਬਣਾਉਣੀ ਹੈ ਰੋਟੀ ਓਹ ਮਸਾ ਖੜਾ ਛੜਾ ਬਾਲੇ ਸੀ ਅੜੀਆਂ ਲੈਂਦੀ ਹੈ ਓਹ ਚੰਨੀ ਲੈ ਫੜ ਚਾਹ ਪੀ ਲਾ ਆ ਕੀ ਕਰੀ ਜਾਂਦਾ ਕੁਛ ਨੀ ਆ ਤੂੰ ਜਾ ਮੈਂ ਨੀ ਪੀਂਦਾ ਤੂੰ ਲੈ ਜਾ ਬਾਹਰ ਤੂੰ ਬਾਹਰ ਵਗ ਜਾ ਕਿਉਂ ਇੱਥੇ ਬੈਠੀ ਤੈਨੂੰ ਬੁਰੀ ਲੱਗਦੀ ਹੈ ਮਾਂ ਤੈਨੂੰ ਨਾਲੇ ਟਾਈਮ ਨਾਲ ਰੋਟੀ ਰੂਟੀ ਖਾ ਲਿਆ ਕਰ ਅੰਦਰ ਹੀ ਬਾਈ ਜਾਂਦਾ ਬਾਹਰ ਜਾ ਕੇ ਆ ਪਤਾ ਨੀ ਕੀ ਕਰੀ ਜਾਂਦਾ ਹੈਗਾ ਉਹ ਕੁਛ ਨੀ ਕਰਦਾ ਤੂੰ ਜਾ ਇੱਕ ਵਾਰੀ ਆ ਤੈਨੂੰ ਕਹਿਤਾ ਇੰਨਾ ਰੁੱਖਾ ਕਿਉਂ ਬੋਲਦਾ ਮੈਨੂੰ ਮਾਂ ਤੂੰ ਵਗ ਜਾ ਮੈਨੂੰ ਆ ਦੱਸ ਕੀ ਖਾਈ ਜਾਂਦਾ ਕੀ ਪੀ ਜਾਂਦਾ ਕੁਛ ਮਰਜ਼ੀ ਖਾਂਦਾ ਹੋਇਆ ਤੂੰ ਵਗ ਜਾ
तू ना टिक जा तू जा खड़ी हो मैं किते नहीं दी मैं तो इत्थे बैठूंगी इत्थे बैठी है मैं तो चाह पी लिया फिर रोटी लिया तेरे वास्ते खा पी लिया कर कुछ टाइम नाल अद्धा हो गया तू खड़ी हो गया दिमाग रखा मां तू चल निकल बाहर कमरे मेरे कमरे च निकल बाहर फिर करदा कर चल निकल और मेरा शरीर टूटी जांदा है आ की पिया चिट्टा लगता है ता तू मैं मर जा चिट्टा लाने लग गया ता हाय वे रब्बा बैठ नी मैं बंदिया तुन्नो लगता कंजर ना होए ता हाँ आ की करता मरता है तो कुछ नहीं है दे ऊँ है पोटर जा नाले होर कंजर किथे कुत्ता आके तू मैं कर आके तू ਕਿਤੇ ਪੁੱਛ ਕੇ ਡੋਲਿਆ ਸੱਚਾ ਹੀ ਪਿੜਦਾ ਸੀ ਤੇਰਾ ਭਾਈ ਸੱਚਾ ਹੀ ਪਿੜਦਾ ਸੀ ਮੇਰੀ ਅਕਲ ਦੇ ਪਰਦਾ ਪੈ ਗਿਆ ਸੀ ਮਰਨੇ ਆ ਟੁੱਟ ਜਾਣੇ ਆ ਉਹਨਾਂ ਨੇ ਲਾਇਆ ਮੈਂ ਲੱਗਿਆ ਨਹੀਂ ਉਹਨਾਂ ਨੇ ਲਾਇਆ ਮੈਨੂੰ ਲਾਇਆ ਤੇਰੇ ਮੂੰਹ 'ਚ ਪਾ ਕੇ ਜਾਂਦਾ ਉਹ ਨਾ ਕੁੱਟਦਾ ਮੈਨੂੰ ਉਹ ਬਿਨ ਗੱਲ ਤੋਂ ਕਸੂਰ ਕੱਢਦਾ ਹੀ ਮੇਰਾ ਕੰਜਰ ਨਾ ਹੋਵੇ ਤਾਂ ਅੱਜ ਮੇਰੇ ਹੇਠਾਂ ਕਰਾਦਾ ਮੈਂ ਤੋਂ ਨੂੰਹ ਦੇ ਸਾਹਮਣੇ ਵੀ ਆਹ ਕੁਛ ਕੰਜਰ ਖਾਨੇ ਕਰਦਾ ਹੈਗਾ ਤੂੰ ਤੂੰ ਗੱਲ ਸੁਣ ਤੂੰ ਡੋਲਿਆ ਕੀ ਲੈਣਾ ਮੈਨੂੰ ਪੈਸੇ ਦੇ ਨਾਲੇ ਦਿੰਦੀ ਆ ਤੈਨੂੰ ਪੈਸੇ ਸਾਰਾ ਤਾਂ ਖਾ ਕੇ ਖੋ ਖੋ ਕੇ ਲੈ ਗਏ ਪੈਸੇ ਕਿ ਬਥੇਰੇ ਮੇਰੇ ਤੋਂ ਹੁਣ ਤੱਕ ਪਹਿਲਾਂ ਭਾਈ ਤੋਂ ਨਹੀਂ ਛੱਡੇ ਕੰਜਰ ਨੇ ਸਾਨੂੰ ਨਹੀਂ ਪਤਾ ਸੀ ਤੂੰ ਆਹ ਕਰਤੂਤਾ ਕਰੀ ਜਾਂਦਾ ਗਾ ਕੰਜਰ ਨਾ ਹੋਵੇ ਤਾਂ ਸਿਰ ਚ ਸਵਾਹ ਪਾ ਕੇ ਰੱਖਦੇ ਮੇਰੇ ਇਹੀ ਕੁਛ ਕਰਕੇ ਰੱਖਦਾ ਮੈਨੂੰ ਨਹੀਂ ਪਤਾ ਸੀ ਤੂੰ ਇਹੀ ਕੁਛ ਕਰੇਗਾ ਮਾਂ ਤੈਨੂੰ ਕਹਿੰਦਾ ਮੈਂ ਪੈਸੇ ਦੇ ਦੇ ਆਹ ਕੰਜਰਾ ਆਹ ਦਿਨ ਦੇਖਣ ਨੂੰ ਤੈਨੂੰ ਵੱਡਾ ਕਰਿਆ ਸੀ ਲਾੜ ਲੜਾਈ ਸੀ ਤੇਰੇ ਨਾਲ ਛੋਟਾ ਛੋਟਾ ਆਏ ਓਏ ਮਜ਼ਾ ਜੇ ਲਾਉਣਾ ਸੀ ਇੱਕ ਹੋਰ ਸੁੱਟਾ ਹੋਰ ਆਪਦੇ ਕਰਮਾਂ ਨੂੰ ਬਹਿ ਕੇ ਰੋਨੀ ਅੱਜ ਮੈਂ ਉਹ ਪੈਸੇ ਦੇ ਦੇ ਮਾਂ ਬਸ ਆਏ ਨਹੀਂ ਮੇਰੇ ਕੋਲ ਕੋਈ ਪੈਸੇ ਉਹ ਜ਼ਮੀਨ ਦੇ ਕਾਇਕ ਦੇ ਮੈਨੂੰ ਤਾਂ ਜ਼ਮੀਨ ਦੇ ਮਾਰ ਵਿੱਚ ਬਹਿ ਨਹੀਂ ਮੇਰੇ ਕੋਲ ਕੋਸਾ ਬਹਿ ਜਾ ਇੱਥੋਂ ਚੱਲ ਖੜੀ ਹੋ ਮੇਰੇ ਪੈਸੇ ਕਿਉਂ ਵੱਡਿਆ ਪੈ ਲੀਗਾ ਹੁਣ ਰੋਕ ਲਿਆ ਉਹਨੂੰ ਦੇਖਦਾ ਟੈਂਦਾ ਆਉਂਦਾ ਗਲੀਆਂ 'ਚ ਉਹਨੂੰ ਤਾਂ ਮੈਂ ਰੋਕ ਲੂੰਗਾ ਜਿਹੜੀ ਗੱਲ ਤੂੰ ਕੀਤੀ ਹੈ ਨਾ ਇਹ ਚੰਗੀ ਨਹੀਂ ਕੀਤੀ ਉਹ ਇੱਕ ਦਿਨ ਤੂੰ ਮੇਰੀ ਪਿੱਠ ਲਾਈ ਸੀ ਕਿ ਅੱਜ ਤੇਰੀ ਪਿੱਠ ਲੱਗ ਗਈ ਹੁਣ ਜਿੱਦੇ ਮੇਰੀ ਯਾੜ ਥੱਲੇ ਆ ਗਿਆ ਨਾ ਤੂੰ ਉਹਦੇ ਰਗੜ ਦਿਆਂਗੇ ਤੈਨੂੰ ਮੈਂ ਕਿਸੇ ਗੱਲ ਨੂੰ ਚੁੱਪ ਸੀ ਆਪਦੇ ਭਰਾ ਕਰਕੇ ਉਹ ਗੱਲ ਤੂੰ ਕਰਕੇ ਚੰਗਾ ਨਹੀਂ ਕੀਤਾ ਉਹਨੂੰ ਨਸ਼ੇ ਤੇ ਲਾ ਕੇ ਮੈਨੂੰ ਖਬਰਾਂ ਤਾਂ ਬਹੁਤ ਆਈਆਂ ਸੀ ਜੇ ਮੇਰੇ ਨਾਲ ਸੀ ਨਾ ਮੇਰੇ ਨਾਲ ਕੱਢ ਕੇ ਦਿਖਾਉਂਦਾ ਤੈਨੂੰ ਤਾਂ ਮੰਨਦਾ ਇਹ ਟੀਮ ਵਾਲੇ ਕੰਮ ਹੁੰਦੇ ਆ ਦੇਖ ਲਾਂਗੇ ਤੈਨੂੰ ਵੀ ਵੱਡੇ ਨੂੰ ਵੱਡਾ ਬਣਿਆ ਇਹ ਤਾਂ ਅੱਗੇ ਅੱਗੇ ਦੇਖ ਹੁੰਦਾ ਕੀ ਹੈ ਠੀਕ ਹੁੰਨੇ ਆ ਅਸੀਂ ਤੁਸੀਂ ਕੋ ਚੁੱਪ ਜੇ ਕਰੇ ਬੈਠੋ ਨਾਲੇ ਮੈਂ ਸਵੇਰ ਦੇ ਪੁੱਛੀ ਜਾਨੀ ਆ ਵੀ ਡਿਊਟੀ ਤੋਂ ਕਾਹਤੋਂ ਮੁੜੇ ਆਏ ਡਿਊਟੀ ਕੀ ਜਾਵਾਂ ਮੇਰਾ ਤਾਂ ਬਾਹਰ ਨਿਕਲਣਾ ਮੁਸ਼ਕਲ ਕਰਿਆ ਪਿਆ ਗੱਲ ਕੀ ਹੋ ਗਈ ਮੈਨੂੰ ਤਾਂ ਦੱਸ ਦਿਆ ਕਰੋ ਉਹ ਡੈਗਦਾ ਆਉਂਦਾ ਹੁੰਦਾ ਘਰੇ ਬੱਤ ਹੋ ਕੇ ਮੈਨੂੰ ਤਾਂ ਸ਼ਰਮ ਆਉਂਦੀ ਆ ਬਾਹਰ ਨਿਕਲਦੇ ਨੂੰ ਓਹੋ ਸ਼ਰਮ ਹੁਣ ਕੀ ਕਰੀਏ ਜਦੋਂ ਮੰਮੀ ਰੋਕਦੀ ਨਹੀਂ ਹੈਗੀ ਉਹਨੂੰ ਆਪਾਂ ਤਾਂ ਆਪਦਾ ਕੰਮ ਕਰਨਾ ਹੀ ਹੈਗਾ ਕੰਮ ਤਾਂ ਕਰਨਾ ਮੈਨੂੰ ਆਪ ਨੂੰ ਤਾਂ ਸ਼ਰਮ ਆਉਂਦੀ ਆ ਨਾ ਬਾਹਰ ਜਾਂਦੇ ਨੂੰ ਮੈਂ ਹੁਣ ਕੀ ਕਰਾਂ ਨਾ ਫਿਰ ਜੇ ਤੁਸੀਂ ਨਹੀਂ ਡਿਊਟੀ ਜਾਓਗੇ ਖਾਵਾਂਗੇ ਕਿੱਥੋਂ ਕੋਈ ਨਾ ਵਗ ਜੂੰਗਾ ਕੱਲ ਤੋਂ ਸੰਦੇਹ ਨਿਕਲ ਜਾ ਕਰੂੰਗਾ ਗੱਡੀ ਲੈ ਕੇ ਜਾਇਆ ਕਰੂੰਗਾ ਸ਼ਰਮ ਆਉਂਦੀ ਆ ਮੈਂ ਤਾਂ ਮੋਟਰਸਾਈਕਲ ਤੇ ਜਾਂਦੇ ਨੂੰ ਹੁਣ ਜਦੋਂ ਲੋਕ ਕਹਿ ਦਿੰਦੇ ਆ ਆਹ ਭਰਾ ਦਾ ਹੇਜੀ ਜਾਂਦਾ ਉਹ ਜਾਂਦਾ ਹੁੰਦਾ ਡਿੱਗਦਾ ਤੇ ਬਾਪੂ ਵੀ ਨਹੀਂ ਪਤਾ ਕਿੱਧਰ ਕੇ ਚੱਲ ਗਏ ਅੱਜ ਬਾਪੂ ਤਾਂ ਇੱਥੇ ਬੈਠਾ ਹੋਊ ਤੇ ਆ ਜਾਂਦਾ ਬਾਪੂ ਮੇਰੀ ਗੱਲ ਸੁਣੋ ਜਿਉਣਾ ਦੁੱਭਰ ਹੋਇਆ ਪਿਆ ਮੇਰਾ ਮੇਰੀ ਗੱਲ ਤਾਂ ਸੁਣ ਲਓ ਮੈਂ ਵੀ ਤੁਹਾਨੂੰ ਕੁਝ ਦੱਸਣਾ ਸੀ ਮੇਰੀ ਵੀ ਗੱਲ ਸੁਣ ਲਓ ਨਾ ਕੀ ਸੁਣਾ ਦੱਸ ਦੇ ਸੁਣਾ ਦੇ ਆ ਜਿਹੜੇ ਗਵੰਡੀਆਂ ਦੇ ਅਨਮੋਲ ਦੀ ਮੰਮੀ ਹਨਾ ਉਹ ਦੱਸਦੀ ਸੀ ਮੈਨੂੰ ਕਹਿੰਦੀ ਛੋਟਾ ਤਾਂ ਤੁਹਾਡੀ ਮਾਂ ਦੀ ਗੁੱਤ 'ਚ ਹੱਥ ਪਾਉਣ ਲੱਗ ਗਿਆ ਹੁਣ ਚੱਲ ਕੋਈ ਨਾ ਇੱਕ ਗੱਲੋਂ ਤਾਂ ਥੋੜਾ ਜਿਹਾ ਵਧੀਆ ਹੋਇਆ ਉਹਨੂੰ ਵੀ ਪਤਾ ਲੱਗ ਜੂ ਮਾੜਾ ਜਿਹਾ ਮੈਂ ਇੱਕ ਜੀਤ ਕਰਦਾ ਸੀ ਜਾਮਾ ਪਰ ਮੈਂ ਕਿਹਾ ਨਹੀਂ ਮੰਮੀ ਨੇ ਤਾਂ ਕੀ ਕਰਨ ਜਾਣਾ ਤੂੰ ਜੁੰਡੇ ਪਟਵਾ ਕੇ ਆਉਣਾ ਤੂੰ ਬੇਇੱਜ਼ਤੀ ਕਰੂ ਮੈਂ ਕਿਹਾ ਮੰਮੀ ਫਿਰ ਮੰਮੀ ਨੇ ਸਿਰ ਚੜਾ ਲਿਆ ਉਹਨੂੰ ਕੌਣ ਰਿਸ਼ਤਾ ਮੰਮੀ ਹਾਏ ਮੈਨੂੰ ਪਤਾ ਨਹੀਂ ਕੀ ਹੋਊਗਾ ਸਨੀ ਪੁੱਤ ਕੀ ਹੋ ਗਿਆ ਮਾਂ ਹੁਣ
ਸਨੀ ਪੁੱਤ ਤੇਰੀਆਂ ਗੱਲਾਂ ਸੱਚੀਆਂ ਸੀ ਮੈਨੂੰ ਤਾਂ ਉਹਨੇ ਲੁਕੀ ਕਰ ਲਿਆ ਕੀ ਹੋ ਗਿਆ ਮਾਂ ਰੋਈਗਾ ਤੋ ਜਾਨੀ ਨਸ਼ਾ ਕਰਦਾ ਮੈਂ ਆਪਦੇ ਹੱਥੀ ਆਪਦੇ ਅੱਖੀ ਰੰਗੀ ਅੱਧੀ ਫੜਿਆ ਪੁੜੀਆਂ ਪੀਂਦਾ ਚਿੱਟਾ ਪੀਂਦਾ ਮੈਂ ਆਪ ਸਿੱਟਿਆ ਜੇ ਮੈਂ ਸਿੱਟਦਾ ਤਾਂ ਮੈਨੂੰ ਕੁੱਟਮਾਰ ਕਰ ਲਾ ਮਾਂ ਕਿਸੇ ਗੱਲ ਨੂੰ ਰੋਕਦਾ ਸੀ ਤੂੰ ਕਹਿੰਦੀ ਮੇਰੇ ਪੁੱਤ ਦੇ ਮਗਰ ਪਿਆ ਵਾ ਮੈਂ ਪੁੱਤੇ ਦੇ ਲਾਡ ਪਿਆ ਬਾਪੂ ਜੀ ਆ ਗਏ ਨੇ ਗੇ ਮੇਰੇ ਅੱਖਾਂ ਤੇ ਪਰਦਾ ਪੈ ਗਿਆ ਸੀ ਮੈਂ ਤੂੰ ਕਦੇ ਕਿਵੇਂ ਪੈਸੇ ਕੁੱਟਮਾਰ ਕਰਕੇ ਲੈ ਕੇ ਜਾਂਦਾ ਮੈਨੂੰ ਪੈਸੇ ਦੇ ਦੇ ਪੈਸੇ ਦੇ ਦੇ ਬਾਪੂ ਵੀ ਖਾ ਲਿਆ ਪੁੱਤੋ ਨੇ ਮੈਨੂੰ ਜਮਾ ਹੁਣ ਕੁੱਟਮਾਰ ਤੇ ਉਤਰਿਆ ਆ ਮੰਮੀ ਜਦੋਂ ਸੋਨੀ ਕਹਿੰਦਾ ਹੁੰਦਾ ਸੀ ਗੱਲਾਂ ਝੂਠੀਆਂ ਸੀ ਪੁੱਤ ਮੈਂ ਨਾ ਕੰਮੋ ਅਕਲ ਤੇ ਪੜਦਾ ਪੈ ਗਿਆ ਸੀ ਵੀ ਚੱਲ ਛੋਟਾ ਕੋਈ ਗੱਲ ਨੀ ਮਾਵਾਂ ਤਾਂ ਸੌ ਉਹੀ ਗੱਲ ਲਾਡ ਲੜਾਉਂਦੀ ਵਿਸ਼ਵਾਸ ਨੀ ਮੇਰੇ ਤੈਨੂੰ ਵਿਸ਼ਵਾਸ ਸੀਗਾ ਮੁੜ ਕੇ ਗੋਡੇ ਟੇਕ ਲੈਣਗੇ ਸਾਨੂੰ ਮਾਫ਼ ਕਰ ਦਿਓ ਮੈਨੂੰ ਤਾਂ ਗੱਲ ਦੀਦੀ ਨੀ ਡੈਡੀ ਮਾਤਾ ਮੈਂ ਤਾਂ ਨਾ ਹਾਲੇ ਵੀ ਤੇਰੀਆਂ ਗੱਲਾਂ ਚੋਂ ਬਾਹਰ ਹਾਂ ਆ ਬਾਪੂ ਬੈਠਾ ਇਹਦੇ ਨਾਲ ਜੀ ਸਦ ਕੇ ਗੱਲ ਕਰਨਾ ਨਿਕਲ ਗਿਆ ਕੁੱਟ ਮਾਰ ਕੇ ਮੈਨੂੰ ਘਰੋਂ ਨਿਕਲ ਗਿਆ ਹੁਣ ਤਾਂ ਕੁੱਟ ਮਾਰ ਤੇ ਸਿਰੋਂ ਪਾਣੀ ਗਿਆ ਮੈਥੋਂ ਤਾਂ ਚੱਲ ਲੈਣ ਜਾਂਦਾ ਭਾਈ ਮੇਰਾ ਬੁਰਾ ਹਾਲ ਕਰਦਾ ਗਾ ਉਹ ਜਵਾਕ ਜੀ ਨੂੰ ਲੈ ਕੇ ਜਾਓ ਤੜਕੇ ਚੱਕ ਕੇ ਉਹਦਾ ਤਾਂ ਵਾਲਾ ਵਿਗੜ ਗਿਆ ਕੰਮ ਹੁਣ ਤਾਂ ਬੇਬੇ ਬਾਪੂ ਨੇ ਵੀ ਸਾਥ ਦਿੰਦੇ ਆਪਣਾ ਬਾਪੂ ਤਾਂ ਚੱਲ ਪਹਿਲਾਂ ਹੀ ਨਾਲ ਸੀ ਹੁਣ ਤਾਂ ਬੇਬੇ ਵੀ ਰੋਂਦੀ ਰੋਂਦੀ ਆਈ ਆ ਹੁਣ ਲੈ ਕੇ ਜਾਓ ਤੜ ਠੀਕ ਆ ਕਰਕੇ ਸੰਦੇਹਾਂ ਆਇਓ 6 ਵਜੇ ਤੇ ਮੈਂ ਆਪ ਚੁਕਵਾਉਂਗਾ ਲੈ ਕੇ ਜਾਇਓ ਹੁਣ ਸੁਧਾਰੋ ਬਾਈ ਬਣ ਲੈ ਮਾਤਾ ਹਾਲੇ ਵੀ ਮੈਂ ਜਵਾਬ ਦੇ ਦਿੰਦਾ ਜੇ ਕੋਈ ਹੈਗੀ ਹੈ ਗੱਲ ਫੇਰ ਆਏ ਨਾ ਕਹਿੰਦੀ ਮੇਰਾ ਪੁੱਤ ਚੁਕਵਾਤਾ ਸੈਂਟਰ ਵਾਲਿਆਂ ਨੂੰ ਸਨੀ ਮੇਰਾ ਤਾਂ ਹੁਣ ਜਮਾ ਬਸ ਬੇਵਾ ਹੈ ਪੁੱਤ ਹੁਣ ਛੋਟੇ ਸਾਰੇ ਹੈਗਾ ਸਾਡੇ ਸਾਰੇ ਹਨ ਬਸ ਹਾਂ ਮੈਂ ਤਾਂ ਤੁਹਾਡੇ ਸਾਰੇ ਕਹਿੰਦੀ ਹਾਂ ਪੁੱਤ ਮਾਰ ਕੇ ਉਹਨੂੰ ਬੰਦਾ ਬਣਾ ਲਓ ਨਾਲੇ ਘਰ ਖਰਾਬ ਕਰਤਾ ਇਹਨਾਂ ਵੀ ਮੇਰੀ ਤੇ ਉਹ ਪਿਓ ਦੀ ਜੇ ਮੰਨਦਾ ਸੀ ਤੇ ਹੁਣ ਵੀ ਅਸੀਂ ਲਾ ਲਾਂਗੇ ਹਲੇ ਡੁੱਲੇ ਵੇਰਾਂ ਦਾ ਕੁਝ ਵੀ ਨਹੀਂ ਹੋਇਆ ਪੁੱਤ ਮੇਰੀ ਅਕਲ ਤੇ ਪੜਦਾ ਪੈ ਗਿਆ ਸੀਗਾ ਮੈਂ ਇਹੀ ਕਹਿਣਾ ਮੈਥੋਂ ਗਲਤੀ ਹੋ ਗਈ ਮੈਂ ਉਹਦੇ ਮਗਰ ਲੱਗੀ ਜੇ ਉਹਦੇ ਮਗਰ ਲੱਗੀ ਤਾਂ ਮੈਂ ਆਹ ਦਿਨ ਦੇਖੇ ਚੱਲ ਕੋਈ ਨਾ ਮਾਂ ਛੱਡ ਸਾਰੀਆਂ ਗੱਲਾਂ ਤੇ ਅਸੀਂ ਵੀ ਕੋਈ ਨਾ ਚੱਲਦੇ ਉਧਰ ਦੇਖਦੇ ਉਹਨੂੰ ਕਿੱਥੇ ਹੈਗਾ ਤੁਸੀਂ ਲੱਭ ਕੇ ਲੈ ਕੇ ਆਇਓ ਠੀਕ ਹੈ ਕੋਈ ਗੱਲ ਨਹੀਂ ਮੈਂ ਆਪੇ ਲੱਭ ਲਿਆ ਤੁਸੀਂ ਟੈਨਸ਼ਨ ਨਾ ਲਓ ਨਾਲੇ ਮੇਰੇ ਨਾਲ ਕੋਲੇ ਰਹੋ ਮੈਨੂੰ ਨਹੀਂ ਪਤਾ ਹੈਗਾ ਮੈਂ ਨਹੀਂ ਤੁਹਾਨੂੰ ਅੱਡ ਰਹਿਣ ਦਿੰਦੀ ਕਿਤੇ ਚੱਲ ਕੋਈ ਨਾ ਮੰਮੀ ਟੈਨਸ਼ਨ ਨਾ ਲੈ ਪਹਿਲਾਂ ਉਹਦਾ ਹੱਲ ਕਰ ਲਈ ਫਿਰ ਦੇਖਦੇ ਹਾਂ ਹਾਂਜੀ ਦੋਸਤੋ ਸਾਡੇ ਵੱਲੋਂ ਸਾਰੀ ਟੀਮ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਉਮੀਦ ਕਰਦੀ ਹਾਂ ਸਾਰੇ ਠੀਕ ਠਾਕ ਹੋਵੋਗੇ ਤੇ ਤੁਸੀਂ ਆ ਹੁਣੇ ਹੁਣੇ ਆਪਣੀ ਵੀਡੀਓ ਦੇਖ ਕੇ ਹਟੇ ਹਾਂ ਜੀ ਤੇ ਵੀਡੀਓ ਵਿੱਚ ਤੁਹਾਨੂੰ ਪਤਾ ਲੱਗ ਗਿਆ ਹੋਊਗਾ ਕਿਵੇਂ ਅੱਜ ਕੱਲ ਆਪਣੇ ਘਰਾਂ ਦੇ ਵਿੱਚ ਤਰੇੜ ਪਾ ਦਿੰਦੇ ਆ ਉਹਨੇ ਦੇਖਾ ਆਪਣੀ ਇੱਕ ਛੋਟੀ ਜਿਹੀ ਗੱਲ ਖਾਤਰ ਤੇ ਭਾਈ ਨੂੰ ਨਸ਼ੇ ਤੇ ਲਾਤਾ ਤੇ ਦੂਜੇ ਘਰ ਦੇ ਵਿੱਚ ਫਰਕ ਪਵਾਤਾ ਸੀਗਾ ਗੱਲ ਕਰ ਮੌਕੇ ਤੇ ਮੌਕਾ ਸੰਭਾਲ ਲਿਆ ਤੇ ਨਹੀਂ ਉਦੋਂ ਬਾਅਦ ਤੁਹਾਨੂੰ ਪਤਾ ਹੀ ਜੇ ਮੌਕਾ ਨਾ ਸੰਭਾਲ ਲਿਆ ਜਾਂਦਾ ਇਹ ਤੋਂ ਬਾਅਦ ਕੀ ਹੁੰਦਾ ਤੇ ਆਪਣੇ ਆਪਣੇ ਹੀ ਹੁੰਦਾ ਤੁਸੀਂ ਵੀਡੀਓ 'ਚ ਦੇਖ ਲਿਆ ਅਤੇ ਸਾਡੀਆਂ ਨਵੀਆਂ ਵੀਡੀਓ ਨੂੰ ਦੇਖਣ ਲਈ ਲਾਇਕ ਕਮੈਂਟ ਸ਼ੇਅਰ ਕਰੋ ਅਤੇ ਸਾਡਾ ਚੈਨਲ ਹੈ ਚੰਨੀ ਵਾਲਿਆਂ ਵਾਲੀ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਥੈਂਕ ਯੂ ਜੀ।